ਸਤਨਾਮ ਵਾਹਿਗੁਰੂ ਸਾਹਿਬ ਜੀ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਨਾਹੇ ਨਾ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਭੋ, ਬਿਖਮ ਨਦੀ ਜਾਇ ਤਰਨੀ, ਮੈਂ ਮੂਰਖ ਕੀ ਕੇਤ ਕੀ ਬਾਤ ਹੈ, ਕੋਟ ਪੁਰਾਦੀ ਤਰੇ ਆਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਤੇ ਫਿਰ ਗਰਿਬਾਸ ਨ ਪਰਿਆ ਰੇ, ਜਿਉਂ ਬੁਲਾਵੇ ਤਿਉਂ ਬੋਲਾ ਸੁਆਮੀ, ਕੁਦਰਤ ਕਬਣ ਹਮਾਰੀ, ਸਾਧ ਸੰਗਤ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਵਾਹਿਗੁਰੂ ਸਾਹਿਬ ਜੀ, ਚੌਰਾਸੀ ਨਰਕ ਸਾਕਤ ਭੋਗਾਈਐ, ਜੈਸਾ ਕੀਚੈ ਤੈਸੋ ਪਾਈਐ, ਸਤਿਗੁਰ ਬਾਜੋ ਮੁਕਤ ਨ ਹੋਈ, ਕਿਰਤ ਵਾਧਾ ਗ੍ਰਸ ਦੀਨਾ ਹੈ, ਖੰਡੇ ਧਾਰ ਗਲੀ ਅਤ ਪੀੜੀ, ਲੇਖਾ ਲਿਜੈ ਤਿਲ ਜਿਉ ਪੀੜੀ, ਮਾਤ ਪਿਤਾ ਕੁਲਤਰ ਸੁਤ ਬੇਲੀ ਨਾਹੀ, ਬਿਨ ਹਰ ਰਸ ਮੁਕਤ ਨਕੀ ਨਾਹੀ, ਮੀਤ ਸਖੇ ਕਿਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ, ਗੁਰ ਕੀ ਸੇਵ ਮੁਕਤ ਪਰਾਇਣਾ, ਅਨਦਨ ਕੀਰਤਨ ਕੀ ਨਾਹੀ, ਕੋੜ ਸੋੜ ਸੱਚੇ ਕੋ ਤਾਬ,
ਜੋ ਈਸੋ ਸੋਈ ਫਲ ਪਾਵੋ ਸਾਚ ਬਖਰ ਕੇ ਵਪਾਰੀ ਬਿਰਲੇ ਲੈ ਲਾ ਸੌਦਾ ਕੀ ਨਾਹੇ ਕੂੜ ਸੋੜ ਸਾਚੇ ਕੋ ਤਾਬੋ ਜੋ ਈਸੋ ਸੋਈ ਫਲ ਪਾਵੋ ਸਾਚ ਬਖਰ ਕੇ ਵਪਾਰੀ ਬਿਰਲੇ ਲੈ ਲਾ ਸੌਦਾ ਕੀ ਨਾਹੇ ਪਰਮ ਸਨਮਾਨਯੋਗ ਗੁਰੂ ਪਿਆਰੀ ਸਤ ਸੰਗਤ ਜੀ ਵਡਭਾਗੀ ਹੈ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਸਾਨੂੰ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜ੍ਹਨ ਸੁਣਨ ਔਰ ਸਮਝਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਸਵਾਉ ਕੁਝ ਕੁ ਸਮਾਂ ਆਪਣੀਆਂ ਮਨੋ ਬਿਰਤੀਆਂ ਨੂੰ ਇਕਾਗਰ ਕਰਦੇ ਹੋਏ ਸਾਹਿਬ ਜੀ ਦੀ ਕਿਰਪਾ ਸਦਕਾ ਜੋ ਆਪਾਂ ਪਾਵਨ ਗੁਰਬਾਣੀ ਇੱਕ ਓਅੰਕਾਰ ਤੋਂ ਲੜੀਵਾਰ ਵਿਚਾਰ ਸਹਿਤ ਸਰਵਣ ਕਰਦੇ ਆ ਰਹੇ ਹਾਂ। ਚੱਲ ਰਹੀ ਲੜੀਵਾਰ ਗੁਰਬਾਣੀ ਵਿਚਾਰ ਦੇ ਨਾਲ ਜੁੜਨ ਦੀ ਖੇਚਲਾ ਕਰੀਏ। ਜੋ ਪਾਵਨ ਪਵਿੱਤਰ ਸ਼ਬਦ ਜਾਪ ਸਰਵਣ ਕੀਤਾ ਹੈ ਜਿਸ ਦੀ ਅਸਾਂ ਵਿਚਾਰ ਕਰਨੀ ਹੈ, ਇਹ ਪਵਿੱਤਰ ਸ਼ਬਦ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਰਸਨਾਂ ਦੁਆਰਾ ਉਚਾਰਨ ਹੋਇਆ ਹੋਇਆ, ਜੋ ਕਿ ਮਾਰੂ ਰਾਗ ਦੇ ਵਿੱਚ ਸੁਸ਼ੋਭਿਤ ਹੈ। ਸ਼ਬਦ ਦੇ ਵਿੱਚ ਸਤਿਗੁਰਾਂ ਨੇ 16 ਪੌੜੀਆਂ ਦੀ ਕਿਰਪਾ ਕੀਤੀ ਹੈ। ਪਹਿਲੀਆਂ 8 ਪੌੜੀਆਂ ਦਾ ਜਾਪ ਹੈ ਜੋ ਆਪਾਂ ਵਿਚਾਰ ਸਹਿਤ ਸਰਵਣ ਕੀਤਾ ਹੈ। ਅੱਜ ਅੱਗੇ 4 ਪੌੜੀਆਂ ਦਾ ਜਾਪ ਹੈ ਜਿਹੜਾ ਸਰਵਣ ਕੀਤਾ, ਜੋ ਵਿਚਾਰ ਅਧੀਨ ਹੈ, ਜਿਸ ਦੀ ਅਸਾਂ ਵਿਚਾਰ ਕਰਨੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਤ ਬੁੱਧ ਬਖਸ਼ਿਸ਼ ਕਰਨ, ਵਿਚਾਰ ਕਰ ਸਕੀਏ, ਕੋਸ਼ਿਸ਼ ਕਰੀਏ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਮਝ ਕੇ ਹਿਰਦੇ ਘਰ ਵਸਾਈਏ, ਜੀਵਨ ਵਿੱਚ ਲਾਗੂ ਕਰੀਏ, ਤਾਂ ਤੇ ਆਹ ਜਿਹੜਾ ਵਡਮੁੱਲਾ ਜਨਮ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ, ਮਾਨਸ ਦੇਹ ਮਿਲੀ ਹੈ, ਇਹਦਾ ਅਸੀਂ ਪੂਰਾ ਪੂਰਾ ਲਾਹਾ ਲੈ ਸਕੀਏ। ਸਰੋਹ ਵਿਚਾਰ, ਸਤਿਗੁਰਾਂ ਨੇ ਇਸ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਆਰੰਭਤਾ ਵਿੱਚ ਸਾਨੂੰ ਸਮਝਾਇਆ ਕਿ ਇਹ ਪਿਆਰਿਓ, ਉਸ ਮਾਲਕ ਨਾਲ ਮਿੱਤਰਤਾ ਬਣਾ ਕੇ ਰੱਖੋ। ਵਾਹਿਗੁਰੂ ਪਰਮੇਸ਼ਰ ਹਰੀ ਭਗਵਾਨ ਬੀਟਲ ਜੋ ਵੀ ਨਾਮ ਲਈਏ ਹੈ, ਇੱਕੋ ਹੀ ਹੈ ਵੀ ਉਸ ਹਰੀ ਨਾਲ ਮਾਲਕ ਕਹਿੰਦੇ ਆ ਭਾਈ ਮਿੱਤਰਤਾ ਬਣਾਓ, ਉਹਦੇ ਜੈਸਾ ਮਿੱਤਰ ਦੂਸਰਾ ਕੋਈ ਹੈ ਹੀ ਨਹੀਂ।
ਜਿਹਦੀ ਉਹਦੇ ਨਾਲ ਬਣ ਆਈ ਅਤੇ ਪਾਤਸ਼ਾਹ ਕਹਿੰਦੇ ਉਹਨੂੰ ਘਾਟ ਕੋਈ ਨਹੀਂ ਰਹਿੰਦੀ, ਕਿਉਂਕਿ ਉਸ ਵਾਹਿਗੁਰੂ ਦੇ ਹੱਥ ਵਾਸੀ ਸਭ ਕੁਛ ਹੈ। ਉਹਨੇ ਸਾਨੂੰ ਤਨ ਦਿੱਤਾ, ਉਹਨੇ ਮਨ ਦਿੱਤਾ, ਉਹਨੇ ਮਤ ਬੁੱਧ ਦਿੱਤੀ ਹੈ, ਅਤੇ ਉਹੀ ਆ ਦੁਨੀਆਦਾਰੀ ਦੇ ਵੀ ਸ਼ੌਹਰਤ ਕਹਿ ਲਈਏ, ਦੌਲਤ ਕਹਿ ਲਈਏ, ਵਡਿਆਈਆਂ ਕਹਿ ਲਈਏ, ਸਭ ਕੁਝ ਉਹੀ ਬਖਸ਼ਿਸ਼ ਕਰਦਾ ਹੈ। ਇਸੇ ਕਰਕੇ ਸਾਹਿਬਾਂ ਨੇ ਆਖਣਾ ਵੀ ਕੀਤਾ ਪਾਵਨ ਬਚਨ ਆਪਾਂ ਪੜ੍ਹਦਿਆਂ, ਜੀਆ ਜੰਤ ਤੇਰੇ ਧਾਰੇ ਪ੍ਰਭ ਡੋਰੀ ਹੱਥ ਤੁਮਾਰੇ, ਵੀ ਆ ਮੇਰੇ ਵਾਹਿਗੁਰੂ ਜੀ ਸਾਰੇ ਤੇਰੇ ਹੀ ਬਣਾਏ ਹੋਏ ਜੀਆ ਜੰਤ ਨੇ, ਤੇਰੇ ਹੱਥ ਵਿੱਚ ਹੀ ਸਭਨਾਂ ਦੀ ਡੋਰ ਹੈ, ਜਿੱਧਰ ਨੂੰ ਚਾਹੇ ਤੋਰ ਦਿੰਦਾ ਤੁਰਨਾ ਪੈਂਦਾ। ਗੁਰੂ ਰਾਮਦਾਸ ਮਹਾਰਾਜ ਦੇ ਵੀ ਆਪਾਂ ਬਚਨ ਪੜ੍ਹਦੇ ਹਾਂ, ਤੂੰ ਹਰ ਤੇਰਾ ਸਭ ਕੋ ਸਭ ਤੁਧ ਉਪਾਈ ਰਾਮ ਰਾਜੀ। ਸਾਹਿਬਾਂ ਕਹਿੰਦੇ ਕਿਸ ਹੱਥ ਕਿਸੇ ਦੇ ਕਿਸ ਨਹੀਂ, ਕਿਸੇ ਦੇ ਹੱਥ ਕੁਛ ਨਹੀਂ ਪਾਤਸ਼ਾਹ ਕਹਿੰਦੇ ਸਭ ਚੱਲੇ ਚਲਾਏ, ਵੀ ਸਾਰੇ ਉਹਦੇ ਚਲਾਏ ਹੋਏ ਚੱਲਦੇ ਆ। ਤਾਂ ਆਓ ਕੋਸ਼ਿਸ਼ ਕਰੀਏ ਆਪਾਂ ਸਮਝਣ ਦੀ, ਜੋ ਵਾਰਤਾ ਸਾਹਿਬ ਕਿਰਪਾ ਕਰਦੇ ਨੇ। ਆਰੰਭਤਾ ਵਾਲਾ ਬੰਦ ਆਪਾਂ ਸਰਵਣ ਕੀਤਾ ਅਤੇ ਅੱਜ ਵੀ ਆਪਾਂ ਲੜੀ ਜੋੜਨ ਲਈ ਸਮਝਣਾ ਕਰੀਏ। ਗੁਰੂ ਸਾਹਿਬਾਂ ਨੇ ਆਰੰਭਤਾ ਹੀ ਇੱਥੋਂ ਕੀਤੀ ਹੈ ਸ਼ਬਦ ਦੀ, ਹਰ ਸਾ ਮੀਤ ਨਾਹੀ ਮਾਏ ਕੋਈ, ਬਈ ਹਰੀ ਵਰਗਾ ਭਾਈ ਪਿਆਰਿਓ ਸਾਡਾ ਮਿੱਤਰ ਕੋਈ ਨਹੀਂ ਪਾਤਸ਼ਾਹ ਕਹਿੰਦੇ। ਜਿਨ ਤਨ ਮਨ ਦੀਆ ਸੁਰਤ ਸਮੋਈ, ਜਿਹਨੇ ਤਨ ਦਿੱਤਾ ਸਾਨੂੰ ਮਨ ਦਿੱਤਾ ਅਤੇ ਅੰਦਰ ਸਾਡੀ ਅਸੁਰਤ ਸਮਾ ਦਿੱਤੀ ਪਾ ਦਿੱਤੀ ਹੈ। ਸਰਬ ਜੀਆਂ ਪ੍ਰਿਤ ਪਾਲ ਸੰਭਾਲੇ ਸੋ ਅੰਤਰ ਦਾਨਾ ਵੀ ਨਾਹੀ, ਉਹ ਸਾਰੇ ਜੀਆਂ ਦੀ ਪ੍ਰਿਤ ਪਾਲਣਾ ਕਰਦਾ, ਸਾਰ ਸੰਭਾਲਣਾ ਕਰਦਾ, ਉਹ ਅੰਤਰੀਵੀ ਤੌਰ 'ਤੇ ਵਾਹਿਗੁਰੂ ਹੈ ਜਿਹੜਾ, ਉਹ ਦਿਲ ਦੀਆਂ ਜਾਣਨ ਵਾਲਾ ਦਾਨਾ ਹੈ ਅਤੇ ਬੀਨਾ ਵੀ ਹੈ, ਬੜੀ ਉਹਦੀ ਬਰੀਕ ਨਜ਼ਰ ਹੈ, ਦੇਖਦਾ ਹੈ ਅੰਦਰੀਵੀ ਤੌਰ 'ਤੇ, ਸੋਚਾਂ ਨੂੰ ਵੀ ਉਹ ਜਾਣਦਾ, ਅੰਦਰਲੀ ਹਲਚਲ ਨੂੰ ਵੀ ਉਹ ਵੇਖ ਲੈਂਦਾ ਹੈ, ਭਾਵ ਕਿ ਉਹ ਭਾਈ ਉਹ ਤੋਂ ਲਿਖਿਆ ਛੁਪਿਆ ਕੁਛ ਨਹੀਂ ਹੈ। ਇਸੇ ਕਰਕੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਉਣਾ ਕੀਤਾ ਵੀ ਇਹ ਪਿਆਰਿਆ, ਉਸ ਵਾਹਿਗੁਰੂ ਤੋਂ ਬਿਨਾਂ ਦੁਨਿਆਵੀ ਤੌਰ 'ਤੇ ਬੇਸ਼ੱਕ ਸਾਡੇ ਸੈਂਕੜੇ ਹਜ਼ਾਰਾਂ ਦੇ ਹਿਸਾਬ ਨਾਲ ਇੱਥੇ ਮਿੱਤਰ ਬੇਲੀ ਦੋਸਤ ਨੇ ਸਾਰਿਆਂ ਦੇ, ਪਰ ਜੋ ਵਾਹਿਗੁਰੂ ਹੈ ਪਰਮਾਤਮਾ ਹੈ ਭਾਈ, ਜਿੱਥੇ ਉਹ ਖੜਦਾ ਉਹ ਕਿਰਪਾ ਕਰਦਾ, ਉੱਥੇ ਸਾਡੀ ਦੁਨਿਆਵੀ ਮਿੱਤਰਾਂ ਦੀ ਤਾਕਤ ਨਹੀਂ ਚੱਲਦੀ। ਉੱਥੇ ਦੁਨਿਆਵੀ ਮਿੱਤਰ ਨੇ ਜਿਹੜੇ ਸਰੀਰਕ ਤੌਰ 'ਤੇ ਉਹ ਨਹੀਂ ਪਹੁੰਚ ਸਕਦੇ। ਇਸੇ ਕਰਕੇ ਸਤਿਗੁਰਾਂ ਨੇ ਮਿਹਰ ਕੀਤੀ, ਸਾਨੂੰ ਸਮਝਾਈ ਵੀ ਪਿਆਰਿਆ, ਉਸ ਮਿੱਤਰ ਦਾ ਨਾਮ ਜਪਦਾ ਰਿਹਾ ਕਰ, ਉਹਨੂੰ ਵਿਸਾਰ ਨਾ, ਜਿਹੜਾ ਵਿਸਾਰ ਦਿੰਦਾ। ਅੱਠਵੀਂ ਪੌੜੀ ਕੱਲ੍ਹ ਆਪਾਂ ਸਰਵਣ ਕੀਤੀ, ਆਖਰ ਨਾਮ ਵਿਸਾਰ ਦੋਖ ਦੁੱਖ ਸਹੀ ਹੈ, ਹੁਕਮ ਭਇਆ ਚੱਲਣਾ ਕਿਉਂ ਰਹੀ ਹੈ, ਨਰਕ ਗੂਪ ਮੈਂ ਗੋਤੇ ਖਾਵੈ ਜਿਉਂ ਜਲ ਤੇ ਬਾਹਰ ਮੀਨਾ ਹੈ। ਇੱਥੋਂ ਤਾਈਂ ਕੱਲ੍ਹ ਆਪਾਂ ਸ਼ਬਦ ਵਿਚਾਰ ਸਹਿਤ ਸਰਵਣ ਕੀਤਾ ਹੈ। ਪਾਤਸ਼ਾਹ ਕਹਿੰਦੇ ਜੇ ਉਸ ਮਾਲਕ ਨੂੰ ਉਹਦੇ ਮਾਲਕ ਦੇ ਨਾਮ ਨੂੰ ਵਿਸਾਰਤਾ, ਬਸ ਤੈਨੂੰ ਦੁੱਖ ਲੱਗਣਗੇ, ਤੇਰੀ ਪਤ ਨਹੀਂ ਰਹੇਗੀ। ਪਾਤਸ਼ਾਹ ਕਹਿੰਦੇ ਤੂੰ ਦੁੱਖ ਹੀ ਬਣੇਗਾ, ਦੁੱਖ ਸਹੀ ਹੈ, ਤੂੰ ਦੁੱਖ ਸਮੇਂਗਾ। ਪਾਤਸ਼ਾਹ ਕਹਿੰਦੇ ਨੇ
ਉਹਦਾ ਹੁਕਮ ਹੈ ਭਾਈ, ਹੁਕਮ ਵਿੱਚ ਚੱਲਣਾ ਹੀ ਪੈਣਾ, ਹੁਕਮ ਪਿਆ ਚੱਲਣਾ। ਕਿਉਂ ਰਹੀ ਹੈ ਕਿ ਮੈਂ ਰਹਿ ਸਕਦਿਆਂ ਪਾਤਸ਼ਾਹ ਕਹਿੰਦੇ ਨੇ ਬਸ ਜੇ ਉਹਦੇ ਹੁਕਮ ਤੋਂ ਵਾਹਰੇ ਹਾਂ, ਉਹਦੇ ਨਾਮ ਨੂੰ ਵਿਸਾਰਿਆ ਹੋਇਆ, ਉਸ ਵਾਹਿਗੁਰੂ ਨਾਲ ਮਿੱਤਰਤਾ ਨਹੀਂ ਜਿਤਾਈ, ਤਾਂ ਪਾਤਸ਼ਾਹ ਕਹਿੰਦੇ ਨਰਕ ਕੂਪ ਮੈਂ ਗੋਤੇ ਖਾਵੈ। ਐ ਜੀਵ, ਤੂੰ ਨਰਕ ਖੂਹ ਵਿੱਚ ਗੋਤੇ ਖਾਏਗਾ, ਇਉਂ ਹੋਊਗਾ ਤੇਰਾ ਹਾਲ। ਪਾਤਸ਼ਾਹ ਕਹਿੰਦੇ ਜਿਉਂ ਜਲ ਤੇ ਬਾਹਰ ਮੀਨਾ ਹੈ, ਜਿਵੇਂ ਜਲ ਤੋਂ ਕੱਢੀ ਹੋਈ ਮੱਸੀ ਬਾਹਰ ਤੜਪਦੀ ਹੈ, ਕਹਿੰਦਾ ਜਲ ਤੋਂ ਬਾਹਰ, ਕਿਉਂਕਿ ਜਲ ਹੀ ਮੱਸੀ ਦਾ ਜੀਵਨ ਹੈ। ਪਾਤਸ਼ਾਹ ਕਹਿੰਦੇ ਵੀ ਨੇ, ਆਪਾਂ ਬਚਨ ਭਾਈ ਸਾਹਿਬ ਜੀ ਵੀ ਪੜ੍ਹਦੇ ਹਾਂ, ਉਹ ਵੀ ਕਹਿੰਦੇ ਆ ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ। ਕਹਿੰਦੇ ਮੱਸੀ ਪਾਣੀ ਤੋਂ ਬਿਨਾਂ ਭਾਈ ਕਿਵੇਂ ਜੀਵਨ ਜਿਉਂਦੀ, ਕਿਵੇਂ ਰਹਿ ਸਕਦੀ ਹੈ। ਬੂੰਦ ਬਿਹੋਣਾ ਚਾਤਰਕ, ਚਾਤਰਕ ਜਿਹਨੂੰ ਬਬੀਹ ਆਪਾਂ ਕਹਿੰਦੇ ਹਾਂ, ਉਹ ਬੂੰਦ ਨੂੰ ਤਰਸਦਾ ਹੈ, ਬੂੰਦ ਤੋਂ ਬਿਨਾਂ ਕਿਉਂ ਤ੍ਰਿਪਤਾਵ ਹੈ, ਉਹਨੂੰ ਤ੍ਰਿਪਤੀ ਨਹੀਂ ਆਉਂਦੀ, ਸ਼ਾਂਤੀ ਨਹੀਂ ਆਉਂਦੀ, ਉਹਦੀ ਪਿਆਸਾ ਨਹੀਂ ਮਿਟਦੀ। ਇਸੇ ਕਰਕੇ ਸੋ ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰੇ ਆ ਵੀ ਆਹ ਹਾਲਤ ਹੁੰਦੀ ਹੈ ਮਾਲਕ ਨਾਲੋਂ ਟੁੱਟਿਆ, ਉਹਨੂੰ ਵਸਾਰੇ ਹਾਂ, ਬਾਣੀ ਨਾਲੋਂ ਟੁੱਟਿਆ ਆਪਾਂ ਕਹਿ ਲਈਏ। ਸੋ ਸਤਿਗੁਰੂ ਜੀ ਕਹਿੰਦੇ ਆ ਜੇ ਭਾਈ ਟੁੱਟਿਆ, ਟੁੱਟੇ ਹੋਏ ਨੂੰ ਸਾਕਤ ਕਹਿੰਦੇ ਹੈ, ਅਤੇ ਜਿਹੜਾ ਸਾਕਤ ਪੁਰਸ਼ ਹੁੰਦਾ ਅੱਜ ਦੇ ਬੰਦਾ ਵਿੱਚ, ਜੋ ਆਪਾਂ ਨੌਵੇਂ ਬੰਦ ਤੋਂ ਬਾਰ੍ਹਵੇਂ ਤੱਕ ਚਾਰ ਬੰਦਾਂ ਦਾ ਜਾਪ ਕੀਤਾ ਨਾ, ਇਹਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਸਾਕਤ ਪੁਰਸ਼ ਦੀ ਦਸਾ ਦੱਸਦੇ ਹੈ, ਸਾਨੂੰ ਸਮਝਾਉਂਦੇ ਆ ਕਿ ਇਹ ਪਿਆਰੇ ਹੋ ਉਸ ਵਾਹਿਗੁਰੂ ਨਾਲ ਮਿੱਤਰਤਾ ਪਾ ਕੇ ਰੱਖੀਏ, ਉਹਨੂੰ ਨਾ ਵਸਾਰੀ, ਉਹਦੇ ਨਾਲੋਂ ਨਾ ਟੁੱਟੀਏ, ਉਹਨੂੰ ਨਾ ਭੁਲਾਈਏ। ਜੇ ਭੁਲਾ ਦਿੱਤਾ ਉਹਨੂੰ ਸਾਕਤ ਕਹਿ, ਅਤੇ ਸਾਕਤ ਦਾ ਹਾਲ ਅੱਜ ਸਤਿਗੁਰੂ ਦੱਸਦੇ ਹਨ। ਆਓ ਆਪਾਂ ਹੁਣ ਵਿਸਥਾਰ ਵਿੱਚ ਨਾ ਜਾਈਏ, ਸਤਿਗੁਰੂ ਜੀ ਮਿਹਰ ਕਰ ਰਹੇ ਨੌਵੀਂ ਪੌੜੀ ਤੋਂ ਜੋ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਚੁਰਾਸੀ ਨਰਕ ਸਾਕਤ ਪੁਗਾਈਐ, ਜੈਸਾ ਕੀਚੈ ਤੈਸੋ ਪਾਈਐ, ਸਤਿਗੁਰ ਬਾਜੋ ਮੁਕਤ ਨ ਹੋਈ, ਕਿਰਤ ਵਾਦਾ ਗ੍ਰਸ ਦੀਨਾਹੇ। ਪਾਤਸ਼ਾਹ ਕਹਿੰਦੇ ਚੁਰਾਸੀ ਨਰਕ, ਵੀ ਚੁਰਾਸੀ ਕਹਿੰਦੇ ਭਾਈ ਨਰਕ ਹੈ ਜਿਹੜੇ, ਹੁਣ ਕਿਹੜੇ ਆ ਜਿਹੜੀ 84 ਭਾਵ ਜੋਨ ਇੱਕ ਨਰਕਾਂ ਦੇ ਵਿੱਚ ਹੀ ਭਾਵ ਲੰਘ ਰਹੀ ਹੈ, ਜੀਵਨ ਸਾਡੀ ਜਿੰਦ ਦੁੱਖ ਭੋਗਦੀ ਹੈ, ਕੋਈ ਵਿਰਲਾ ਜਿਹੜਾ ਸੁੱਖ ਲੈ ਰਿਹਾ, ਨਹੀਂ ਤਾਂ ਭਾਵ ਕਿ ਆ ਜੀਆ ਜਿੰਦ ਸਾਡੀ ਹੈ, ਇਹਨਾਂ ਜਨਮਾਂ ਵਿੱਚ ਆ ਕੇ ਕਦੇ ਸੁੱਖ ਨਹੀਂ ਪਾਉਂਦੀ। ਜੇ ਸੁੱਖ ਪਾਉਂਦੀ ਹੁੰਦੀ ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਹੀ ਬਚਨ ਨਾ ਕਰਦੇ ਜੋ ਕੀਤਾ। ਸਾਹਿਬਾ ਆਖਣਾ ਕੀਤਾ, ਕਹਿੰਦਾ ਵਾਲੀ ਰੋਬੈ ਨਾਹੇ ਪਤਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਕਹਿਤਾ, ਸਾਰੇ ਸੰਸਾਰ 'ਚ ਸਾਰੇ ਜੀਆ ਜੰਤ ਆ ਗਏ, ਅਤੇ ਪਾਤਸ਼ਾਹ ਕਹਿੰਦੇ ਬਈ ਆਹ ਹਾਲਤ ਹੋਈ ਹੋਈ ਹੈ ਭਾਈ ਸੰਸਾਰ ਦੀ, ਮਾਲਕ ਨਾਲੋਂ ਟੁੱਟ ਕਰਕੇ। ਬਾਲੀ ਰੋਬੈ ਨਾਹੇ ਪਤਾਰ ਦਾ ਭਾਵ ਅਰਥ ਇਹ ਹੈ, ਬਾਲੀ ਬਾਲਕਾ ਨੂੰ ਕਹਿੰਦੇ ਆ, ਬਾਲਕਾ ਸਾਡੀ ਜਿੰਦ ਨੂੰ ਕਿਹਾ ਪਾਤਸ਼ਾਹ ਨੇ, ਪਤਾਰ ਪਤੀ ਨੂੰ ਕਹਿੰਦੇ ਆ, ਪਤੀ ਪਰਮੇਸ਼ਰ ਵਾਹਿਗੁਰੂ ਹੈ। ਕਹਿੰਦੇ ਜਿੰਦ ਨੇ ਪਤੀ ਪਰਮੇਸ਼ਰ ਨੂੰ ਬਸ਼ਾਰ ਦਿੱਤਾ, ਇਸੇ ਕਾਰਨ ਕਰਕੇ ਕਹਿੰਦੇ ਜਿੰਦ ਭਾਈ ਬਿਲਕ ਦੀ ਰੋਂਦੀ ਕਰਲਾਉਂਦੀ ਹੈ।
ਇਸ ਕਰਕੇ ਸਾਰਾ ਸੰਸਾਰ ਇਸ ਕਾਰਨ ਕਰਕੇ ਦੁਖੀ ਹੈ, ਪਾਤਸ਼ਾਹ ਕਹਿੰਦੇ ਮਾਲਕ ਨਾਲੋਂ ਟੁੱਟਣ ਕਰਕੇ। ਹਾਂ, ਜਿਹੜਾ ਜੁੜਿਆ ਹੋਇਆ ਜੀ ਅਤੇ ਕਿਰਪਾ, ਉਹ ਵੱਖਰੀ ਗੱਲ। ਇਸੇ ਕਰਕੇ ਸੋ ਸਾਹਿਬ ਰਹਿਮਤ ਕਰੇ ਨੇ ਸਾਨੂੰ ਸਮਝਾਉਂਦੇ ਆ ਵੀ ਉਹ 84 ਲੱਖ ਜੋਨਾਂ ਵਿੱਚ ਭਰਮਣ ਕਰਦਾ ਫਿਰਦਾ ਦੁੱਖ ਪਾਉਂਦਾ ਉਹ ਜੀਵ ਜਿਹੜਾ ਮਾਲਕ ਨਾਲੋਂ ਟੁੱਟਿਆ ਹੋਇਆ। ਕਿਸੇ ਸਮੇਂ ਬਾਬਾ ਕਬੀਰ ਸਾਹਿਬ ਮਹਾਰਾਜ ਤੋਂ ਵੀ ਪੁੱਛਣਾ ਕੀਤਾ ਸੀ, ਜੁਗਿਆਸੂਆਂ ਨੂੰ ਸਮਝਾਉਣਾ ਕੀਤਾ। ਬਾਬਾ ਕਹਿੰਦੇ ਭਲਿਓ, ਰੱਬ ਨੂੰ ਵਿਸਾਰੀ ਫਿਰਦੇ ਹੋ, ਜੋਬਨ ਜਵਾਨੀ ਵਿੱਚ ਖੱਚ ਧੋਏ ਪਏ ਹੋ, ਨਸ਼ੇ ਵਿਸ਼ਿਆਂ 'ਚ ਬਕਾਰ ਹੀ ਕਰੀ ਫਿਰਦੇ ਹੋ, ਜੀਵਣਾ ਰੱਬ ਦਾ ਨਾਂ ਲੈ ਲਿਆ ਕਰੋ। ਉਹ ਕਹਿੰਦੇ ਬਾਬਾ ਕੋਈ ਨਹੀਂ, ਬਥੇਰੀ ਜ਼ਿੰਦਗੀ ਪਈ ਆ, ਲੈ ਲਾਂਗੇ। ਕਹਿੰਦੇ ਵੇਖਿਓ ਕਿਤੇ ਇੱਦਾਂ ਚਾਲ ਚੱਲਦਿਆਂ ਦੇ ਧੱਕੇ ਪੈ ਜਾਂਦੇ ਆ, ਕਈ ਵਾਰ ਕੋਈ ਮਾੜਾ ਕਰਮ ਐਸਾ ਆ ਜਾਂਦਾ ਮੁੜ ਕੇ ਸੰਭਲਿਆ ਨਹੀਂ ਜਾਂਦਾ। ਬਾਬਾ ਜੀ ਬਾਣੀ ਵਿੱਚ ਕਹਿੰਦੇ ਆ, ਸੁਧ ਸੁਧ ਰੇਗ ਚਲੋ ਤੁਮ, ਨਤਰ ਕੋ ਧੱਕਾ ਦਵਈ ਹੈ ਰੇ। ਕਹਿੰਦੇ ਨਹੀਂ ਆਹ ਹਾਲਤ ਹੋ ਜੂ। ਉਹ ਕਹਿੰਦੇ ਬਾਬਾ ਕੋਈ ਗੱਲ ਨਹੀਂ, ਵੀ ਬਥੇਰਾ ਸਮਾਂ ਪਿਆ ਅਤੇ ਬਾਬਾ ਜੀ ਕਹਿੰਦੇ ਨੇ ਬਾਰੇ ਬੁੱਢੇ ਤਰਨਾ ਪਈਏ ਸਭ ਹੂੰ ਜੰਮ ਲੈ ਜਾਈਏ ਰੇ। ਕਹਿੰਦੇ ਇੱਥੇ ਤਾਂ ਭਾਈ ਕੋਈ ਬਾਲਕ ਹੋਵੇ, ਬੁੱਢਾ ਹੋਵੇ, ਜਵਾਨ ਹੋਵੇ, ਸਾਰਿਆਂ ਨੂੰ ਮੌਤ ਲਿਜਾਈ ਜਾ ਰਹੀ ਹੈ। ਅਤੇ ਉਹਨਾਂ ਫਿਰ ਜੋ ਸਾਰੀ ਕਹਾਣੀ ਸੁਣ ਕੇ ਬਾਬਾ ਜੀ ਦੀ ਆਪਾਂ ਬੜੀ ਵਾਰ ਵਿਸਤਾਰ ਕੀਤੀ, ਸਭ ਦੀ ਵਿਚਾਰ ਕੀਤੀ ਹੈ, ਬਹੁਤਾ ਵਿਸਤਾਰ ਨਾ ਜਾਈਏ, ਸਮਾਂ ਨਹੀਂ ਹੈ। ਭਾਵ ਕਿ ਉਹਨਾਂ ਫਿਰ ਆਖਣਾ ਕੀਤਾ, ਬਾਬਾ ਜਦ ਤੁਸੀਂ ਕਹਿੰਦੇ ਹੋ ਵੀ ਰਾਜਾ ਪਰਜਾ ਸਮ ਕਰ ਮਾਰੇ ਐਸੋ ਕਾਲ ਵਡਾਨੀ, ਵੀ ਰਾਜੇ ਨੂੰ ਵੀ ਪਰਜਾ ਨੂੰ ਇੱਕੋ ਸਮਾਨ ਮੌਤ ਹੁੰਦੀ ਹੈ, ਫਿਰ ਕਹਿੰਦੇ ਨਾਮ ਜਪਣ ਦਾ ਫਾਇਦਾ ਕੀ ਹੈ? ਫਿਰ ਤੁਸੀਂ ਸਾਨੂੰ ਕਿਉਂ ਇੱਧਰੋਂ ਹਟਾਉਂਦੇ ਹੋ, ਸਾਨੂੰ ਐਸ ਪ੍ਰਸ਼ਟੀਆਂ ਕਰਨ ਦਿਓ ਨਾ, ਫਿਰ ਫਾਇਦਾ ਕੀ ਹੈ? ਅਤੇ ਬਾਬਾ ਜੀ ਆਖਣਾ ਕਿਤਾ, ਭਲਿਓ ਤੁਹਾਨੂੰ ਪਤਾ ਨਹੀਂ ਫਾਇਦੇ ਦਾ, ਜਿਹੜਾ ਫਾਇਦਾ ਹੈ ਨਾਮ ਜਪਣ ਦਾ, ਜੋ ਲਾਭ ਹੈ ਲਾਹਾ ਹੈ। ਕਹਿੰਦੇ ਕੀ ਹੈ? ਕਹਿੰਦੇ ਜਿਹੜੇ ਟੁੱਟੇ ਹੋਏ ਨੇ ਉਹ ਤਾਂ ਭਾਈ ਜੋ ਅੱਜ ਗੁਰੂ ਨਾਨਕ ਪਾਤਸ਼ਾਹ ਕਹਿੰਦੇ 84 ਨਰਕ ਸਾਕਤ ਭੋਗਾਈ ਹੈ। ਕਹਿੰਦੇ ਉਹ ਸਾਕਤ ਪੁਰਸ਼ ਤਾਂ ਟੁੱਟੇ ਹੋਏ ਤਾਂ ਨਰਕੀ ਭੋਗਦੇ ਆ, ਜੀਵਨ ਭਾਵੇਂ ਜਿੰਦ ਸਰੀਰ ਜਿਹੜਾ ਮਰਜ਼ੀ ਮਿਲਿਆ ਹੋਵੇ ਉਹ ਨਰਕੀ ਭੋਗਦੇ ਆ। ਪਾਤਸ਼ਾਹ ਕਹਿੰਦੇ ਭਾਵੇਂ ਕਿਉਂ ਨਾ ਰਾਜਾ ਬਣ ਜਾਵੇ ਸੰਸਾਰ 'ਤੇ, ਦੁੱਖ ਨਹੀਂ ਹੈ। ਸ਼ਾਹਜਹਾਨ ਦਾ ਜੀਵਨ ਪੜ੍ਹ ਕੇ ਵੇਖ ਲਈਏ, ਰਾਜਨ ਸੀ, ਤਖਤਾਂ ਤਾਜਾਂ ਦਾ ਮਾਲਕ, ਹਾਲਤ ਐਸੀ ਹੋ ਗਈ, ਬੜਿਆਂ ਰਾਜਿਆਂ ਦੀ ਦਿਵਸ ਆਉਣਾ, ਬੰਦੀ ਸੋਟ ਮਨਾਉਣਾ, ਭਾਵ ਕਿ ਉਹ ਵੀ 52 ਰਾਜੇ ਹੀ ਸਨ ਨਾ, ਪਰ ਨਰਕ ਭੋਗ ਰਹੇ ਸੀ। ਗੁਰੂ ਪਿਆਰਿਓ ਇਤਿਹਾਸ ਹੈ ਵੀ ਪਾਰਾ ਆਦਿ ਦਿੱਤਾ ਜਾਂਦਾ ਕੱਚਾ ਉਹਨਾਂ ਨੂੰ ਖਾਣੇ ਵਿੱਚ ਪਾ ਕੇ, ਐਸੀ ਹਾਲਤ ਸੀ। ਕੋਈ ਸਵਾਰ ਕੇ ਜਲ ਪਾਣੀ ਨਹੀਂ ਸੀ ਉਹਨਾਂ ਨੂੰ ਮਿਲਦਾ, ਸੂਰਜ ਨਹੀਂ ਸੀ ਵੇਖਣਾ ਮਿਲਦਾ, ਐਸਾ ਭਾਵ ਉਹਨਾਂ ਨੂੰ 52 ਦੇ 52 ਨੂੰ ਹੀ ਭਾਵ ਬੰਧਕ ਹੀ ਰੱਖਿਆ ਜਾਂਦਾ ਸੀ, ਬੰਧਕ ਬਣਾਇਆ ਹੋਇਆ ਸੀ। ਅੱਜ ਵੀ ਉਹ ਤਾਂ ਇਤਿਹਾਸਕ ਅਸਥਾਨ ਆਪਾਂ ਨੂੰ ਵੇਖਣ ਨੂੰ ਮਿਲਦਾ, ਉੱਦਾਂ ਹੀ ਥੰਮਲੇ ਨੇ 52 ਇਕੱਲੇ ਇਕੱਲੇ ਨਾਲ ਬੰਨੇ ਹੋਏ ਸੀ, ਬੰਨੇ ਜਾਂਦੇ ਸੀ। ਉਹ ਐਸੀ ਹਾਲਤ ਸੀ ਉਹਨਾਂ ਦੀ, ਹੈ ਤਾਂ ਰਾਜੇ ਸਨ ਪਰ ਨਰਕ ਭੋਗ ਰਹੇ ਸੀ। ਪਾਤਸ਼ਾਹ ਕਹਿੰਦੇ ਜੇ ਮਾਲਕ ਨਾਲੋਂ ਟੁੱਟ ਗਏ ਭਾਈ, ਵਾਹਿਗੁਰੂ ਨਾਲੋਂ ਟੁੱਟ ਗਏ, ਹਾਂ ਟੁੱਟੇ ਹੋਏ ਹਾਂ, ਕਿਉਂ ਨਾ ਕੋਈ ਭਾਵੇਂ ਉੱਚ ਘਰਾਣੇ ਵਿੱਚ ਜਨਮ ਹੋ ਜਾਏ, ਰਾਜ ਤਾਜ ਵੀ ਭਾਵੇਂ ਮਿਲ ਜਾਣ, ਪਰ ਪਾਤਸ਼ਾਹ ਕਹਿੰਦੇ ਨੇ ਸੁੱਖ ਨਹੀਂ, ਸੁੱਖ ਨਹੀਂ ਮਿਲਦਾ। ਇਸੇ ਕਰਕੇ ਸੋ ਪਾਤਸ਼ਾਹ ਜੀ ਸਮਝਾਉਂਦੇ ਆ ਵੀ ਐ ਪਿਆਰਿਓ ਤੁਸਾਂ ਨਾਮ ਜਪਣਾ ਕਰੋ, ਨਾਮ ਦਾ ਲਾਭ ਬਹੁਤ ਹੈ। ਕਹਿੰਦੇ ਕੀ ਹੈ ਬਾਬਾ? ਜਿਹੜੇ ਮਾਲਕ ਨੂੰ ਸੇਵਦੇ ਆ,
ਅਤੇ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਨੇ ਹੈ ਭਾਈ ਇਹੀ ਗੱਲ ਵੀ ਰਾਜਾ ਪਰਜਾ ਸਮਕਰ ਮਰ ਐਸੋ ਕਾਲ ਵਡਾਨੀ ਦੇ ਸਮ ਸਮਾਨਾਂਤਰੀ ਮੌਤ ਆਉਂਦੀ ਹੈ, ਪਰ ਜਿਹੜੇ ਜਪਦਿਆਂ ਕਹਿੰਦੇ ਹਰ ਕੇ ਸੇਵਕ ਜੋ ਹਰ ਭਾਏ ਤਿੰਨ ਕੀ ਕਥਾ ਨਰਾਰੀ ਰੇ, ਉਹਨਾਂ ਦੀ ਕਹਾਣੀ ਹੋਰ ਹੈ ਕਹਿੰਦੇ ਜਿਹੜੇ ਗੱਲ ਸਮਝ ਕੇ ਚੱਲਦੇ ਆ ਜਪ ਕੇ ਚੱਲਦੇ ਆ, ਤਿੰਨ ਕੀ ਕਥਾ ਨਰਾਰੀ ਰੇ, ਉਹਨਾਂ ਲਈ ਕਹਿੰਦੇ ਆਵੇ ਨਾ ਜਾਵੇ ਨਾ ਕਬਹੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ, ਕਿ ਉਹਦੇ ਪਾਰ ਬ੍ਰਹਮ ਪਰਿਪੂਰਨ ਪਰਮਾਤਮਾ ਵਿੱਚ ਸੰਘਾਰ ਕਰ ਜਾ ਇੱਕਮਿਕ ਹੋ ਜਾਂਦੇ ਆ, ਉਹਨਾਂ ਦਾ ਆਵਾਗਮਣ ਨਹੀਂ ਹੈ, ਉਹ ਨਾ ਕਦੇ ਫਿਰ ਮਰਦੇ ਆ, ਮੌਤ ਨਹੀਂ ਆਉਂਦੀ ਉਹਨਾਂ ਨੂੰ, ਕਿਹੜੀ ਜ਼ਮੀਰੀ ਮੌਤ, ਜ਼ਮੀਰ ਕਰਕੇ ਨਹੀਂ ਉਹ ਮਰਦੇ, ਗਲਤ ਪਾਸੇ ਨਹੀਂ ਜਾਂਦੇ, ਉਹ ਜ਼ਮੀਰ ਕਰਕੇ ਉਹ ਪਰਬਲ ਰਹਿੰਦੇ ਆ, ਭਾਵ ਕਿ ਉਹਨਾਂ ਦੀ ਆਤਮਾ ਜਿਹੜੀ ਹੈ ਅਮਰ ਹੋ ਜਾਂਦੀ ਆ। ਇਸੇ ਕਰਕੇ ਵੀ ਐਸਾ ਜੀਵਨ ਹੁੰਦਾ ਰੱਬ ਦੇ ਪਿਆਰਿਆਂ ਦਾ, ਅਤੇ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੀ ਅੱਜ ਦੱਸਦੇ ਆ ਵੀ ਜਿਹੜਾ ਟੁੱਟ ਕੇ ਚੱਲਦਾ ਭਾਈ ਟੁੱਟਿਆ ਹੋਇਆ ਉਹ 84 ਨਰਕ ਸਾਕਤ ਭੁਗਾਈਏ ਪਾਤਸ਼ਾਹ ਕਹਿੰਦੇ ਉਹ ਭੋਗਦਾ ਫਿਰਦਾ ਨਰਕ, ਅਤੇ ਜੈਸਾ ਕੀਚੇ ਤੈਸੋ ਭਾਈਏ ਪਾਤਸ਼ਾਹ ਕਹਿੰਦੇ ਯਾਦ ਰੱਖੀਏ ਜਿਹੋ ਜਿਹਾ ਅਸੀਂ ਕਰਦੇ ਹਾਂ ਕਰਮ ਨਾ ਉਹ ਪ੍ਰਾਪਤ ਹੁੰਦਾ ਹੈ, ਪ੍ਰਾਪਤੀਆਂ ਉਹੀ ਨੇ, ਕਿਉਂਕਿ ਮਿਹਨਤ ਜਿਹੋ ਜਿਹੀ ਕੋਈ ਕਰਦਾ ਉਹ ਜੀ ਰਹਿਮਤ ਵੀ ਪਾਤਸ਼ਾਹ ਕਰੀ ਜਾਂਦਾ ਹੈ। ਪਰ ਹਾਂ ਜੇ ਮਾਲਕ ਯਾਦ ਹੋਵੇ, ਨਹੀਂ ਤਾਂ ਬੜੇ ਬਥੇਰੇ ਆ ਇੱਥੇ ਮਿਹਨਤਾਂ ਕਰਨ ਵਾਲੇ ਵੀ ਸੰਸਾਰ ਵਿੱਚ, ਪਰ ਗੱਲ ਬਣਦੀ ਹੋਈ ਨਹੀਂ, ਬੜਿਆਂ ਨੂੰ ਵੇਖਿਆ ਜਾਂਦਾ ਸੰਸਾਰ 'ਚ ਆਪਾਂ ਵਿਚਰਦੇ ਹਾਂ ਬਈ ਬੜੀਆਂ ਮਿਹਨਤਾਂ ਕੀਤੀਆਂ ਕਰਦੇ ਨੇ ਪਰ ਕੰਮ ਉੱਥੇ ਦਾ ਉੱਥੇ ਹੀ ਖੜ੍ਹਾ, ਵੀ ਗਰੀਬੀ ਉਹੀ ਹੈ, ਹਾਲਤ ਉਹੀ ਹੈ, ਦਸ਼ਾ ਉਹੀ ਹੈ, ਕਿਉਂ? ਕਿਉਂਕਿ ਰਹਿਮਤ ਨਹੀਂ ਹੋਈ। ਇਸੇ ਕਰਕੇ ਪਾਤਸ਼ਾਹ ਜੀ ਇਹ ਕਿਰਪਾ ਕਰਦੇ ਆ ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰਿਆ ਤੇਰੇ ਮਨ ਦੇ ਮੁਤਲਕ, ਤੇਰੇ ਕੀਤੇ ਕਰਮ ਮੁਤਲਕ ਹੀ ਉਹ ਵਾਹਿਗੁਰੂ ਨੇ ਤੈਨੂੰ ਭਾਈ ਫਲ ਦੇਣਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਵੇਖ ਕੇ ਕਰਮ ਕਰਿਆ ਕਰ, ਚੰਗੇ ਕਰਮ ਕਮਾਇਆ ਕਰ, ਜੈਸਾ ਕੀਚੇ ਤੈਸੋ ਪਾਈਏ ਪਾਤਸ਼ਾਹ ਕਹਿੰਦੇ ਸਤਿਗੁਰ ਵਾਜੋਂ ਮੁਕਤ ਨਾ ਹੋਈ, ਸਤਿਗੁਰੂ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਮੁਕਤੀ ਕੋਈ ਨਹੀਂ ਹੈ। ਇੱਕ ਤਾਂ ਮੁਕਤੀ ਆ ਸੰਸਾਰ ਵਾਲੀ, ਸੰਸਾਰ ਵਿੱਚ ਵੀ ਭਾਵ ਕਿ ਕੋਈ ਬਿਰਲਾ ਹੀ ਆ ਜਿਹੜੇ ਮੁਕਤ ਸੁਰਖਰੂ ਹੋ ਕੇ ਜੀਵਨ ਜਿਉਂਦਾ, ਨਹੀਂ ਤਾਂ ਕਿਤੇ ਨਾ ਕਿਤੇ ਸਾਡਾ ਮਨ ਦੀ ਦਸ਼ਾ ਗੁਲਾਮ ਹੋਈ ਹੋਈ ਹੈ ਵੀ ਅਸੀਂ ਗੁਲਾਮੀਆਂ ਹੀ ਭੋਗ ਰਹੇ ਹਾਂ। ਪਰ ਇਹ ਮੁਕਤੀ ਵੱਖਰੀ, ਭਾਵ ਇੱਕ ਮੁਕਤੀ ਜੋ ਆਪਾਂ ਸਾਰੀ ਵੀ ਉੱਥੇ ਜਦੋਂ ਮੁਕਤੀ ਦੀ ਗੱਲ ਹੁੰਦੀ ਹੈ ਸਾਡਾ ਸਾਰਿਆਂ ਦਾ ਹੀ ਬਹੁਤ ਆਤ ਗਿਣਦੇ ਵੀ ਖਿਆਲ ਉੱਥੇ ਹੀ ਜਾਂਦਾ ਵੀ ਮਰਨ ਤੋਂ ਬਾਅਦ ਵਾਲੀ ਮੁਕਤੀ ਹੈ ਜਿਹੜੀ, ਵੀ ਮਰਨ ਤੋਂ ਬਾਅਦ ਜੀਵ ਮੁਕਤ ਹੋਵੇ, ਸੁਰਖਰੂ ਹੋ ਜਾਵੇ, ਆਵਾਗਮਨ ਮਿੱਟ ਜਾਵੇ, ਭਟਕਣਾ ਹੀ ਮਿੱਟ ਜਾਵੇ। ਅਤੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰਿਓ ਉਹ ਮੁਕਤੀ ਦਾ ਦਰ ਵੀ ਹੈ ਜਿਹੜਾ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਕਬੀਰ ਮੁਕਤ ਦੁਬਾਰਾ ਸੰਕੁੜਾ। ਪਾਤਸ਼ਾਹ ਜੀ ਕਹਿੰਦੇ ਕਿਉਂ ਕਰ ਨਿਕਸਿਓ ਜਾਏ, ਕਹਿੰਦੇ ਬੜਾ ਸੰਕੜੇ ਦਾ ਭਾਵ ਬੜਾ ਹੀ ਸੋਟਾ, ਕਹਿੰਦੇ ਮੁਕਤੀ ਦਾ ਦੁਬਾਰਾ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਕਹਿੰਦੇ ਪਿਆਰਿਓ ਕਿਵੇਂ ਨਿਕਲਿਆ ਜਾ ਸਕਦਾ, ਨੰਗਿਆ ਜਾ ਸਕਦਾ, ਪਰ ਨੰਗਣਾ ਤਾਂ ਆਤਮਾ ਨਹੀਂ ਹੈ। ਕੀ ਕਹਿੰਦੇ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਭਾਏ,
ਰਾਈ ਦਾ ਜਿਹੜਾ ਬੀਜ ਹੈ ਕਹਿੰਦੇ ਉਦੋਂ ਦਸਵਾਂ ਹਿੱਸਾ ਭਾਵ ਇੰਨਾ ਬਰੀਕ ਕਹਿੰਦੇ ਭਾਈ ਉਹ ਦਰ ਹੈ ਮੁਕਤੀ ਵਾਲਾ। ਕਹਿੰਦੇ ਦੱਸੋ ਭਾਈ ਫਿਰ ਮਨ ਤੋਂ ਮੈਗਲ ਹੋਏ ਰਹੇ ਹੋ। ਜਿਹੜਾ ਸਾਡਾ ਮਨ ਹੈ ਇਹ ਮੈਗਲ ਬਣਿਆ ਫਿਰਦਾ। ਮੈਗਲ ਕਹਿੰਦੇ ਆ ਹਾਥੀ ਨੂੰ। ਕਹਿੰਦੇ ਮਨ ਹਾਥੀ ਵਰਗਾ ਬਣਿਆ ਫਿਰਦਾ, ਹੰਕਾਰ ਦੇ ਵਿੱਚ ਮਾਣ ਦੇ ਵਿੱਚ ਐਡਾ ਵੱਡਾ ਬਣਾਈ ਫਿਰਦਾ ਆਪਣਾ ਸਰੀਰ। ਅਤੇ ਕਹਿੰਦੇ ਮੁਕਤੀ ਦਾ ਦਰਵਾਜ਼ਾ ਜਿਹਨੂੰ ਬੰਦਿਆ ਤੂੰ ਮੁਕਤੀ ਕਹਿੰਦਾ ਮੁਕਤੀ ਮੰਗਦਾ ਉਹ ਤਾਂ ਇੰਨਾ ਬਰੀਕ ਹੈ। ਭਾਵ ਕੀ ਹੈ? ਬਰੀਕੀ ਨਾਲ ਸੋਚਿਆ ਸਮਝਿਆ ਬਰੀਕ ਹੋਇਆ ਜਾਂਦਾ। ਪਾਸਾ ਤਦੇ ਕਹਿੰਦੇ ਨਿਮਰਤਾ ਵਿੱਚ ਆ ਜਾ ਭਾਈ, ਨੀਵਾਂ ਹੋ ਕੇ ਚੱਲ। ਇਸੇ ਕਰਕੇ ਤਾਂ ਪਾਤਸ਼ਾਹ ਨੇ ਸਾਨੂੰ ਬਚਨ ਕੀਤਾ ਵੀ ਇਹ ਪਿਆਰਿਆ ਜਿੱਥੇ ਦੁਨਿਆਵੀ ਤੌਰ 'ਤੇ ਕਾਰੋਬਿਹਾਰ ਕਰਦਾ ਕਹਿੰਦਾ ਸੰਸਾਰ ਦੇ ਕਰਦਾ, ਉੱਥੇ ਨਿਰੰਕਾਰੀ ਤੌਰ 'ਤੇ ਵੀ ਉਸ ਵਾਹਿਗੁਰੂ ਦੇ ਨਾਲ ਮਿਲਣ ਲਈ ਵੀ ਕਰਮ ਕਮਾ। ਆ ਦੁਨਿਆਵੀ ਤੌਰ 'ਤੇ ਆਪਾਂ ਕਰਮ ਕਰਦੇ ਹਾਂ ਕਹਿੰਦਾ ਪਾਤਸ਼ਾਹ ਨੇ ਆਖਣਾ ਕੀਤਾ ਭਾਈ ਜੇ ਤੂੰ ਖੇਤੀ ਕਰਦਾ ਦੁਨਿਆਵੀ ਤੌਰ 'ਤੇ ਕਿਤੇ ਆ ਜਿੰਦ ਕਰਕੇ ਵੀ ਕਰ, ਮਨ ਕਰਕੇ ਵੀ ਕਰ। ਉਹ ਸਾਨੂੰ ਦੱਸਿਆ ਪਾਤਸ਼ਾਹ ਨੇ ਵੀ ਕਿਵੇਂ ਕਰਨੀ ਹੈ। ਪਾਤਸ਼ਾਹ ਕਹਿੰਦੇ ਮਨ ਹਾਲੀ ਕਿਰਸਾਨੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਕਿਵੇਂ ਸਮਝਾਉਂਦੇ ਆ ਪਾਤਸ਼ਾਹ ਸੱਚੇ ਪਾਤਸ਼ਾਹ ਜੇ ਪਿਆਰ ਵਿੱਚ ਬਾਣੀ ਪੜ੍ਹੀਏ। ਸਤਿਗੁਰੂ ਜੀ ਕਹਿੰਦੇ ਆ ਪਿਆਰਿਆ ਇਹ ਮਨ ਨੂੰ ਹਾਲੀ ਬਣਾ ਲਾ, ਕਿਰਸਾਨੀ ਕਰ, ਖੇਤੀ ਕਰ। ਮਨ ਹਾਲੀ ਕਿਰਸਾਨੀ ਕਰਨੀ, ਨਾਮ ਭਾਵ ਕਿ ਏਕਣੀ ਕਰਨੀ ਹੈ ਖੇਤੀ, ਭਾਵ ਇਹ ਮਨ ਦੀ ਹੈ। ਇੱਕ ਸੰਸਾਰੀ ਤੌਰ 'ਤੇ ਕੰਮ ਕਰਦੇ ਹਾਂ ਅਤੇ ਇੱਕ ਸਾਡੇ ਆ ਸਰੀਰਕ ਤੌਰ ਦੇ ਕੰਮ ਨੇਗੇ, ਇੱਕ ਆਤਮਕ ਤੌਰ 'ਤੇ ਮਨ ਦੇ ਕਰਮ ਨੇ। ਇਹ ਮਾਲਕ ਸਮਝਾਉਂਦੇ ਜਦੋਂ ਬਾਣੀ ਨਾਲ ਜੁੜਾਂਗੇ ਅਸੀਂ, ਸਾਡੇ ਸੱਚ ਧਰਮ ਨਾਲ ਜੁੜਾਂਗੇ ਅਸੀਂ। ਅਤੇ ਇਸੇ ਕਰਕੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰੇ ਆ ਵੀ ਇੱਥੇ ਮੁਕਤੀ ਦੀਆਂ ਗੱਲਾਂ ਹੁੰਦੀਆਂ ਨੇ। ਹੁਣ ਬਾਬਾ ਕਬੀਰ ਸਾਹਿਬ ਮਹਾਰਾਜ ਕਹਿੰਦੇ ਪਿਆਰੇ ਆ ਮੁਕਤੀ ਵੈਸੇ ਤਾਂ ਕਿਹਾ ਜਾਂਦਾ, ਬਈ ਬੜਾ ਭਾਈ ਬਰੀਕ ਹੈ ਧਾਰਨਾ ਵੀ ਮਹਾਂਪੁਰਸ਼ ਪੜ੍ਹਿਆ ਕਰਦੇ, ਆਪਾਂ ਸਾਰੇ ਸੁਣਦੇ ਰਹਿੰਦੇ ਹਾਂ ਵੀ ਉੱਥੇ ਭੀੜੀਆਂ ਸੁਣੀ ਦੀਆਂ ਗਲੀਆਂ ਜਿੱਥੋਂ ਦੀ ਤੈਨੂੰ ਲੈ ਕੇ ਜਾਣਗੇ। ਇਹ ਵੀ ਕਿਹਾ ਜਾਂਦਾ ਜਿੱਥੋਂ ਦੀ ਜੰਮ ਲੈ ਕੇ ਜਾਣਗੇ, ਭਾਵ ਕਿ ਬੜਾ ਭੀੜਾ ਰਸਤਾ ਦੱਸਿਆ ਗਿਆ। ਪਰ ਇੱਥੇ ਬਾਬਾ ਜੀ ਤਾਂ ਬੜਾ ਹੀ ਭੀੜਾ ਕਹਿਤਾ। ਇਹ ਕਹਿੰਦੇ ਨੇ ਰਾਈ ਦੱਸ, ਇਹ ਭਾਏ ਰਾਈ ਦਾ ਜਿਹੜਾ ਬੀਜ ਹੈ ਉਦੋਂ ਦਸਵਾਂ ਹਿੱਸਾ ਕਹਿੰਦੇ ਕਬੀਰ। ਮੁਕਟ ਦੁਆਰਾ ਸੰਕੁੜਾ, ਸੰਕੁੜਾ ਬੜਾ ਹੀ ਛੋਟਾ, ਕਿੰਨਾ ਰਾਈ ਦਸਵੇਂ ਭਾਏ ਪਰ ਸਾਡੀ ਹਾਲਤ ਜੀ ਨੇ ਲੰਘਣਾ। ਕਹਿੰਦੇ ਮਨ ਤੋਂ ਮੈਗਲ ਹੋਏ ਰਹੇ ਹੋ, ਮਨ ਹਾਥੀ ਬਣਿਆ ਫਿਰਦਾ, ਕਿਉਂ ਘਰ ਨਿਕਸਿਓ ਜਾਏ, ਕਿਵੇਂ ਨਿੰਘਿਆ ਜਾ ਸਕਦਾ। ਇਹ ਤਾਂ ਇੱਕ ਇਉਂ ਕਹਿ ਲਈ ਵੀ ਅਣ ਹੋਈ ਜੀ ਗੱਲ ਲੱਗਦੀ ਵੀ ਇੱਦਾਂ ਕਿਵੇਂ ਹੋਜੂਗਾ। ਅਤੇ ਨਾਲ ਹੀ ਸਤਿਗੁਰੂ ਦੱਸਣਾ ਕੀਤਾ, ਪਾਤਸ਼ਾਹ ਕਹਿੰਦੀ ਹੈ ਬਾਬਾ ਜੀ ਕਹਿੰਦੇ ਐਸਾ ਸਤਿਗੁਰ ਜੇ ਮਿਲੇ, ਜੇ ਕਿਤੇ ਇਹੋ ਜਿਹਾ ਸਤਿਗੁਰੂ ਮਿਲ ਜਾਵੇ ਕਹਿੰਦਾ ਜਿਹੜਾ ਸਾਨੂੰ ਜੀਵਨ ਦਾ ਢੰਗ ਤਰੀਕਾ ਦੱਸਦਾ, ਜਿਹੜੇ ਸਤਿਗੁਰੂ ਜੀ ਸਾਨੂੰ ਇਹ ਸੰਸਾਰ ਵਿੱਚੋਂ ਇਸ ਦਰਵਾਜ਼ਿਆਂ ਵਿੱਚੋਂ ਇੰਨੇ ਬਰੀਕ ਰਸਤਿਆਂ ਵਿੱਚੋਂ ਲੰਘਣ ਦੀ ਜਾਚਨਾ ਦਿੰਦੇ ਆ, ਸਤਿਗੁਰੂ ਜੀ ਸਾਨੂੰ ਇਹੋ ਜਿਹੇ ਸਤਿਗੁਰੂ ਦਾ ਮਿਲਾਪ ਹੋ ਜਾਵੇ। ਪਾਤਸ਼ਾਹ ਕਹਿੰਦੇ ਐਸਾ ਸਤਿਗੁਰ ਜੇ ਮਿਲੇ ਟੁੱਠਾ ਕਰੇ ਪਸਾਓ, ਜੇ ਤਰੁੱਠ ਪਵੇ ਕਹਿੰਦਾ ਫਿਰ ਕਿਰਪਾ ਕਰਦਾ ਮਾਲਕ। ਕੈਸੀ ਕਿਰਪਾ ਹੁੰਦੀ ਹੈ ਫਿਰ?
ਸਾਹਿਬ ਕਹਿੰਦੇ ਨੇ ਮੁਕਤ ਦੁਬਾਰਾ ਮੋਕਲਾ, ਮੋਕਲੇ ਦਾ ਭਾਵ ਹੁੰਦਾ ਖੁੱਲ੍ਹਾ। ਪਾਤਸ਼ਾਹ ਕਹਿੰਦੇ ਬਸ ਗੁਰੂ ਸਾਹਿਬ ਇਹ ਕਿਰਪਾ ਕਰਦਿਆਂ ਉਸ ਦਰਵਾਜ਼ੇ ਨੂੰ ਹੀ ਖੁੱਲ੍ਹਾ ਕਰ ਦਿੰਦੇ ਹੈ। ਮੁਕਤ ਦੁਬਾਰਾ ਮੋਕਲਾ, ਪਾਤਸ਼ਾਹ ਕਹਿੰਦੇ ਸਹਿਜੇ ਆਵੋ ਜਾਓ, ਕਹਿੰਦੇ ਸਹਿਜ ਹੀ ਵੀ ਪਤਾ ਵੀ ਨਹੀਂ ਲੱਗਦਾ ਪਰ ਆਵਾਗਮਣ ਦਾ, ਬਸ ਆਉਣ ਜਾਣ ਪਾਤਸ਼ਾਹ ਜੀ। ਕਹਿੰਦੇ ਭਾਈ ਨਹੀਂ ਤਾਂ 84 ਪਾਤਸ਼ਾਹ ਕਹਿੰਦੇ ਨਰਕ ਸਾਕਤ ਭੁਗਾਈਏ, ਨਹੀਂ ਤਾਂ ਭੋਗਦਾ, ਇੱਦਾਂ ਦੀ ਹਾਲਤ ਹੁੰਦੀ ਹੈ, ਦੁੱਖ ਸਹਿੰਦਾ ਹੈ, ਅਤੇ ਜੇ ਪਾਤਸ਼ਾਹ ਦੀ ਕਿਰਪਾ ਹੋ ਜਾਏ ਫਿਰ ਸਹਿਜੇ ਆਵੇ ਜਾਓ, ਫਿਰ ਭਾਵ ਕਿ ਆਵਾਗਮਣ ਦਾ ਪਤਾ ਹੀ ਨਹੀਂ ਲੱਗਦਾ। ਫਿਰ ਜੇ ਸਾਡੇ ਕਹਿ ਲਈਏ ਆਪਾਂ ਪਿੱਛੇ ਕਰਮ ਵੀ ਮਾੜੇ ਕੀਤੇ ਆ ਕਿ ਨਾ, ਉਹਨੂੰ ਮਾਲਕ ਭੁਗਾਉਂਦੇ ਨੇ ਭੋਗਣੇ, ਕਿਉਂਕਿ ਇਹ ਤਾਂ ਕਿਹਾ ਗਿਆ ਵੀ ਭੋਗੇ ਬਨ ਭਾਗੇ ਨਹੀਂ ਕਰਮ ਬਲੀ ਬਲਵਾਨ, ਕਰਮ ਕਹਿੰਦੇ ਬਲਵਾਨ ਨੇ ਭਾਈ, ਭੋਗਣੇ ਪੈਂਦੇ ਆ। ਇੱਥੇ ਹੀ ਪਾਤਸ਼ਾਹ ਕਹਿੰਦੇ ਜੈਸਾ ਕੀਚੇ ਤੈਸਾ ਪਾਈਏ, ਜੋ ਕਰਦੇ ਆ ਉਹ ਪਾਉਣਾ ਪੈਂਦਾ। ਪਰ ਪਾਤਸ਼ਾਹ ਕਹਿੰਦੇ ਆ ਵੀ ਜੇ ਕਿਤੇ ਸਤਿਗੁਰੂ ਦੀ ਮਿਹਰ ਹੋ ਜਾਵੇ, ਜੀਵ ਗੁਰੂ ਸਾਹਿਬ ਨਾਲ ਜੁੜ ਜਾਵੇ, ਤਾਂ ਸਹਿਜਾ ਹੀ ਆਵਾਗਮਣ ਹੋ ਜਾਂਦਾ। ਆਪਾਂ ਪੜ੍ਹਦੇ ਹਾਂ ਇਤਿਹਾਸਕ ਨਾ, ਸੰਕੇਤ ਮੰਡੀ ਦਾ ਰਾਜਾ ਆਇਆ ਸੀ ਜਿਹਨੇ ਹਰਿਮੰਦਰ ਸਾਹਿਬ ਲੱਕੜ ਭੇਜ ਕਰਕੇ ਜੋ ਉਸ ਸਮੇਂ ਫਰਨੀਚਰ ਦਾ ਕਰਮ ਸਾਰਾ ਹੀ ਪੂਰਨ ਕਰਾਇਆ ਸੀ। ਅਤੇ ਜਦੋਂ ਆਇਆ ਆਉਂਦਿਆਂ ਨੂੰ ਰਾਗੀ ਸਾਹਿਬਾਨ ਕਹਿੰਦੇ ਸ਼ਬਦ ਪੜ੍ਹਦੇ ਆ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾਰ, ਇਹ ਪੜ੍ਹ ਰਹੇ ਨੇ ਅਤੇ ਮਨ ਵਿੱਚ ਕਹਿੰਦੇ ਸ਼ੰਕਾ ਹੋ ਗਈ ਵੀ ਫਿਰ ਸੇਵਾ ਇੰਨੀ ਕਰਨ ਦਾ ਕੀ ਫਾਇਦਾ, ਗੁਰੂ ਘਰ ਆਉਣ ਦਾ ਕੀ ਫਾਇਦਾ ਜੇ ਲੇਖ ਹੀ ਨਾ ਮਿਟੇ, ਕੀ ਫਾਇਦਾ ਫਿਰ, ਸ਼ੰਕਾ ਹੀ ਹੋਈ ਨਾ। ਇਹ ਬੜਾ ਬੜੀ ਵਾਰ ਆਪਾਂ ਇਤਿਹਾਸੇ ਪੜ੍ਹਦੇ ਸੁਣਦੇ ਰਹਿੰਦੇ ਹਾਂ, ਟੂਕ ਮਾਤਰ ਭਾਵ ਕਿ ਸਤਿਗੁਰੂ ਦੇ ਦਰ 'ਤੇ ਆਇਆ, ਇਹ ਸ਼ੰਕਾ ਪੈ ਗਿਆ ਮਨ ਵਿੱਚ, ਸਮਾਂ ਹੋਈਆਂ ਰਾਤਰੀ ਹੋਈ ਹੈ ਗੁਰੂ ਪਿਆਰਿਓ, ਰਾਤਰੀ ਨੂੰ ਸੁਪਨਾ ਆਇਆ, ਮੌਤ ਹੋ ਗਈ, ਕਿਸੇ ਅਪੀਲ ਦੇ ਘਰ ਜਨਮ ਹੋ ਗਿਆ, ਵੱਡਾ ਹੋਇਆ, ਵਿਆਹ ਆ ਗਿਆ, ਬੱਚੇ ਵੀ ਹੋ ਗਏ, ਗਰੀਬੀ ਅੱਤ ਦੀ ਘਰ ਵਿੱਚ, ਅਤੇ ਕਹਿੰਦੇ ਇੱਕ ਪੀਲੂ ਦੇ ਦਰਖਤ 'ਤੇ ਚੜ੍ਹਿਆ, ਨਾਲੇ ਸੱਕ ਰਿਹਾ ਅਤੇ ਨਾਲੇ ਬੱਚਿਆਂ ਨੂੰ ਸੁੱਟ ਰਿਹਾ, ਅਤੇ ਉੱਤੋਂ ਟਹਿਣਾ ਟੁੱਟਿਆ, ਥੱਲੇ ਆਇਆ ਅਤੇ ਡਿੱਗਦਿਆਂ ਮੌਤ ਹੋ ਗਈ, ਜਾਨੂੰ ਜਾਗ ਆਈ, ਵੇਖਦਾ ਵੀ ਆਹ ਕੀ ਹਾਲਤ ਹੋ ਗਈ, ਕੈਸਾ ਸੁਪਨਾ ਆਇਆ, ਇਹ ਸੱਚ ਤਾਂ ਨਹੀਂ ਕਿਤੇ, ਇਤਿਹਾਸ ਵਿੱਚ ਤਾਂ ਇੱਦਾਂ ਹੁੰਦਾ। ਕਹਿੰਦੇ ਗੁਰੂ ਪਿਆਰਿਓ, ਕਹਿੰਦੇ ਵਜਨ ਕੋਲਾ ਕਰਨ ਲੱਗੇ ਆ ਨਾ, ਉੱਠ ਕੇ ਜਦੋਂ ਮੁੱਖ ਵਿੱਚੋਂ ਵੀ ਕਹਿੰਦੇ ਉਹ ਬਿਲਕ ਨਿਕਲ ਰਹੇ ਆ ਪੀਲੂ ਦੇ, ਹੈਰਾਨ ਹੋਇਆ ਵੀ ਆਹ ਕੀ, ਸ਼ੰਕਾ ਬੜਾ ਵੱਡਾ ਪਿਆ। ਅਤੇ ਗੁਰੂ ਪਿਆਰਿਓ, ਸਮਾਂ ਹੋਇਆ ਨਿਤਨੇਮ ਤੋਂ ਸਾਹਿਬ ਵਿਹਲੇ ਹੋਏ, ਸਤਿਗੁਰਾਂ ਦੇ ਨਾਲ ਮਿਲਾਪ, ਆਖਣ ਲੱਗਿਆ ਪਾਤਸ਼ਾਹ ਵੀ ਆਹ ਕੀ ਹੋਇਆ। ਪਾਤਸ਼ਾਹ ਕਹਿੰਦੇ ਕੋਈ ਨਹੀਂ ਭਾਈ, ਇੱਦਾਂ ਦੇ ਕਰਮ ਆਉਂਦੇ ਜਾਂਦੇ ਰਹਿੰਦੇ, ਸੁਪਨੇ ਹੁੰਦੇ ਆ। ਅਤੇ ਸੁਪਨੇ ਭਾਵ ਸਾਹਿਬ ਜੀ ਕਹਿੰਦੇ ਚੱਲੇ, ਕਹਿੰਦੇ ਚੱਲ ਭਾਈ ਸੈਰ ਕਰਨ ਚੱਲੀਏ, ਇਤਿਹਾਸ ਵਿੱਚੋਂ ਭਾਵ ਕੇ ਚੱਲੇ ਗਏ ਨੇ, ਵੱਖਰੇ ਹੋ ਗਏ ਅਤੇ ਗਾਂਹ ਵੇਖਣਾ ਕੀਤਾ। ਕਹਿੰਦੇ ਗੁਰੂ ਪਿਆਰਿਓ, ਉੱਥੇ ਉਹੀ ਬੀਬੀ ਜਿਹੜੀ ਉਹ ਸੁਪਨੇ 'ਚ ਉਹਦੇ ਘਰ ਵਾਲੀ ਬਣੀ, ਬੱਚੇ, ਅਤੇ ਉਹਨਾਂ ਰੋਕ ਲਿਆ, ਆਖਣਾ ਕੀਤਾ ਵੀ ਇਹ ਸ਼ਾਹੀ ਪੋਸ਼ਾਕ ਪਾਈ ਹੈ, ਤੂੰ ਸਾਨੂੰ ਛੱਡ ਕੇ ਭੁਲੇਖਾ ਦੇ ਕੇ ਕਿੱਧਰ ਚਲੇ ਗਿਆ, ਭਾਵ ਉਹਨਾਂ ਕਹਿਣ ਕੀਤਾ ਵੀ ਤੂੰ ਸਾਡੇ ਘਰ ਵਾਲਾ ਹੈ। ਬੀਬੀ ਕਹਿੰਦੀ, ਬੱਚੇ ਕਹਿੰਦੇ ਵੀ ਸਾਡਾ ਭਾਵ, ਆਪਾਂ ਅੱਜ ਦੇ ਹਿਸਾਬ ਨਾਲ ਕਹੀ ਵੀ ਪਾਪਾ ਹੈ, ਵੀ ਤੂੰ ਕਿੱਧਰ ਚਲਿਆ ਗਿਆ, ਇਕੱਠ ਹੋਇਆ ਰਹੋ ਵਿਚਾਰ, ਭਾਵ ਕੇ ਸਾਹਿਬ ਪਹੁੰਚੇ ਉੱਥੇ, ਸਾਹਿਬ ਕਹਿੰਦੇ ਕੀ ਹੋ ਗਿਆ ਭਲਿਓ, ਕਿਉਂ ਘੇਰਿਆ ਰਾਜਨ ਨੂੰ। ਕਹਿੰਦੇ ਜੀ ਰਾਜਾ ਕਿੱਥੇ ਦਾ,
ਜਿਹਦਾ ਸਾਡੇ ਨਗਰ ਦਾ ਉੱਤੇ ਬੋਲ ਤਬਾਰ ਕਹਿੰਦੇ ਪਾਤਸ਼ਾਹ ਕਹਿੰਦੇ ਹੋਇਆ ਕਿ ਸਾਰੀ ਵਾਰਤਾ ਦੱਸੀ ਅਤੇ ਸਾਹਿਬ ਆਖਣ ਲੱਗੇ ਭਲਿਓ ਜੋ ਚੜ੍ਹਾਈ ਕੀਤਾ ਤੁਸੀਂ ਉਹਨੂੰ ਕੀ ਕੀਤਾ ਉਹਦੇ ਸਰੀਰ ਨੂੰ? ਉਹ ਕਹਿੰਦੇ ਜੀ ਅਸੀਂ ਦਫਨਾਇਆ ਹੈ। ਪਾਤਸ਼ਾਹ ਕਹਿੰਦੇ ਤੋਂ ਕੋਈ ਵੱਡੀ ਗੱਲ ਨਹੀਂ, ਰੌਲੇ ਵਾਲੀ। ਕਹਿੰਦੇ ਭਾਈ ਉੱਥੋਂ ਖੋਦੋ ਅਤੇ ਵੇਖਣਾ ਕਰੋ ਵੀ ਹੈ, ਜੇ ਤਾਂ ਉਹ ਭਾਈ ਉਹਦੇ ਵਿੱਚ ਹੈ ਉੱਥੇ ਤੁਹਾਡਾ ਜਿੱਥੇ ਦਫਨਾਇਆ, ਫਿਰ ਤਾਂ ਠੀਕ ਹੈ, ਅਤੇ ਨਹੀਂ ਅਸੀਂ ਤੁਹਾਡੇ ਨਾਲ ਇਹਨੂੰ ਤੋਰ ਦਿਆਂਗੇ। ਵੇਖਣਾ ਕੀਤਾ ਉਸੇ ਤਰ੍ਹਾਂ ਦਾ ਸਰੀਰ ਪਿਆ, ਹੈਰਾਨ ਹੋਇਆ, ਚਲੋ ਖਹਿੜਾ ਸੁੱਟਿਆ ਵੀ ਆਏ ਅਤੇ ਆ ਕੇ ਸਾਹਿਬਾਂ ਦੇ ਚਰਨਾਂ 'ਤੇ ਟੈਪਿਆ, ਪਾਤਸ਼ਾਹ ਜੀ ਮੈਨੂੰ ਸਮਝ ਨਹੀਂ ਆਉਂਦੀ ਵੀ ਜੋ ਇਹ ਕਹਾਣੀ ਮੈਂ ਸਾਰੀ ਰਾਤ ਨੂੰ ਵੇਖੀ ਹੈ ਅਤੇ ਅੰਮ੍ਰਿਤ ਵੇਲੇ ਨੂੰ ਮੈਂ ਆ ਅੱਖੀਆਂ ਨਾਲ ਵੇਖ ਰਿਹਾ, ਪਾਤਸ਼ਾਹ ਜੀ ਇਹ ਸੁਪਨਾ ਕਿ ਕੀ ਹੈ? ਸਾਹਿਬ ਕਹਿਣ ਲੱਗੇ ਭਾਈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇਹ ਤੇਰਾ ਜਨਮ ਕੱਟ ਦਿੱਤਾ, ਪਤਾ ਨਹੀਂ ਕਿੰਨੇ ਕੁ ਜਨਮ ਤੇਰੇ ਹੋਣੇ ਸੀ, ਆ ਵੀ ਜਨਮ ਤੇਰਾ ਹੋਣਾ ਸੀ, ਆਤ ਦੀ ਗਰੀਬੀ ਵਿੱਚ ਦਿੱਤਾ ਲੰਘਣਾ ਸੀ, ਭਾਵ ਇਹ ਗੁਰੂ ਨਾਨਕ ਦੇ ਦਰ ਨਾਲ ਤੂੰ ਜੁੜ ਗਿਆ, ਤੂੰ ਭਾਈ ਗੁਰੂ ਨਾਨਕ ਦੇ ਦਰ 'ਤੇ ਸੇਵਾ ਕੀਤੀ ਹੈ ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਤੇਰੇ ਇਹ ਆਵਾਗਮਨ ਐਵੇਂ ਹੀ ਲੰਘਾ ਦਿੱਤਾ, ਸੁਪਨੇ ਵਿੱਚ ਹੀ ਲੰਘਾ ਦਿੱਤਾ ਵੀ ਆਵਾਗਮਨ ਜਿਹੜਾ ਭਾਵ ਕੇ ਐਸਾ ਸਤਿਗੁਰੂ ਜੇ ਮਿਲੇ ਕਿਤੇ ਮਿਲ ਜਾਏ, ਟੁੱਠਾ ਕਰੇ ਪਛਾਉ ਤਰੁੱਠ ਪਵੇ ਕਿ ਨਾ, ਕਿਰਪਾ ਕਰ ਦੇਵੇ ਫਿਰ ਮੁਕਤ ਦੁਬਾਰਾ ਮੁੱਕ ਲਾ, ਮੁਕਤੀ ਦਾ ਦੁਬਾਰਾ ਹੀ ਐਸਾ ਭਾਵ ਕਿ ਉਹ ਜਨਮ ਮਰਨਾ ਨੂੰ ਮੇਰਾ ਸਭ ਇਉਂ ਹੀ ਕੱਢ ਦਿੰਦਾ, ਮੋਕਲੇ ਦਾ ਭਾਵ ਇਉਂ ਹੀ ਵੀ ਸਹਿਜੇ ਆਵੇ ਜਾਓ। ਫਿਰ ਸੌਖੇ ਤਰੀਕੇ ਦੇ ਨਾਲ ਪਾਤਸ਼ਾਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਭਾਈ, ਐਸਾ ਤਰੀਕਾ ਮੇਰਾ ਮਾਲਕ ਵਰਤਾ ਦਿੰਦਾ ਨਾ, ਪਤਾ ਹੀ ਨਹੀਂ ਲੱਗਦਾ ਵੀ ਕਿਸ ਤਰ੍ਹਾਂ ਦੇ ਔਖੇ ਸਮੇਂ ਲੰਘ ਜਾਂਦੇ ਆ, ਇਹ ਪਾਤਸ਼ਾਹ ਕਿਰਪਾ ਕਰਦਾ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਆ ਪਿਆਰਿਆ ਬਈ ਉੱਦਾਂ ਤਾਂ ਜੋ ਕੁਝ ਤੂੰ ਕਰਦਾ ਉਹ ਤੈਨੂੰ ਭੋਗਣਾ ਪੈਣਾ। ਪਾਤਸ਼ਾਹ ਕਹਿੰਦੇ ਜੇ ਮਾਲਕ ਨਾਲੋਂ ਟੁੱਟ ਕੇ ਚੱਲਿਆ ਕਿ ਨਾ, ਤਾਂ ਫਿਰ 84 ਲੱਖ ਜਿਹੜੇ 84 ਕਿਹਾ ਪਾਤਸ਼ਾਹ ਕਹਿੰਦੇ 84 ਨਰਕ ਸਾਕ ਤੋਂ ਭੋਗਾਈਏ, ਟੁੱਟਿਆ ਹੋਇਆ ਤਾਂ ਭਾਈ ਫਿਰ ਇਹ ਨਰਕ ਭੋਗਦਾ ਹੀ ਫਿਰਦਾ। ਪਾਤਸ਼ਾਹ ਕਹਿੰਦੇ ਨੇ ਜੇ ਕਿਤੇ ਜੁੜ ਜਾਵੇ ਫਿਰ ਸਹਿਜੇ ਆਵਾਗਮਨ, ਭਾਵ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਜਾ, ਸੁਪਨਿਆਂ 'ਚ ਹੀ ਪਾਤਸ਼ਾਹ ਬੜਾ ਕੁਛ ਲਗਾ ਦਿੰਦੇ ਆ, ਸੂਲੀ ਤੋਂ ਸੂਲ ਹੋ ਜਾਂਦੀ ਹੈ। ਬੜੇ ਆਪਾਂ ਇਤਿਹਾਸ ਪੜ੍ਹਦੇ ਹਾਂ ਵੀ ਭਾਵ ਕੇ ਸੂਲੀ ਤੋਂ ਫਾਂਸੀ, ਅੱਜ ਦੇ ਹਿਸਾਬ ਨਾਲ ਫਾਂਸੀ ਕਹਿ ਲਈਏ ਵੀ ਫਾਂਸੀ ਤੋਂ ਛੋਟਾ ਜਿਹਾ ਹੀ ਭਾਵ ਕੇ ਪਾਤਸ਼ਾਹ ਕਰਮ ਕਰਕੇ ਕੱਢ ਦਿੰਦੇ ਆ। ਇਸੇ ਕਰਕੇ ਸਾਹਿਬਾ ਕਹਿੰਦੀ ਆ ਵੀ ਪਿਆਰਿਆ ਇਹ ਗੁਰਸਿੱਖਾ, ਗੁਰੂ ਸਾਹਿਬ ਤੋਂ ਬਿਨਾਂ ਤੇਰੀ ਗਤ ਨਹੀਂ ਹੋਣੀ, ਤੈਨੂੰ ਮੁਕਤੀ ਨਹੀਂ ਮਿਲਣੀ, ਤੈਨੂੰ ਸੁੱਖ ਨਹੀਂ ਮਿਲਣੇ, ਤੈਨੂੰ ਆਨੰਦ ਨਹੀਂ ਆਉਣਾ, ਤੂੰ ਸਤਿਗੁਰੂ ਦੇ ਨਾਲ ਜੁੜਨਾ ਕਰ। ਗੁਰੂ ਸਾਹਿਬ ਵੀ ਪ੍ਰਸ਼ਟਾ ਅੱਜ ਗੁਰ ਵੀ ਬੜੇ ਬਣਾ ਲੈਂਦੇ ਪਰ ਪਾਤਸ਼ਾਹ ਨੇ ਆਖਣਾ ਕੀਤਾ ਸਾਨੂੰ ਸਮਝਾਉਣ ਲਈ। ਸਾਹਿਬ ਕਹਿੰਦੇ ਸਤਿਗੁਰੂ ਬਾਝੋਂ ਗੁਰ ਨਹੀਂ ਕੋਏ, ਇਹ ਪਿਆਰਿਆ ਕਿਤ ਕਹੇ, ਬੜੇ ਕਹਿਣਗੇ ਵੀ ਸਾਡੇ ਭਾਈ ਅਸ਼ਟਾ ਫਲਾਣੇ ਨੂੰ ਗੁਰੂ ਬਣਾਇਆ ਹੋਇਆ ਜੀ, ਕਹਿੰਦੇ ਅਸੀਂ ਗੁਰੂ ਧਾਰਨ ਕੀਤਾ, ਉਹਨੂੰ ਕੀਤਾ ਹੋਇਆ, ਇਹਨੂੰ ਕੀਤਾ ਹੋਇਆ, ਪਰ ਪਾਤਸ਼ਾਹ ਕੀ ਕਹਿੰਦੇ ਆ ਤੀਸਰੇ ਮਹਾਰਾਜ ਜੀ ਕਹਿੰਦੇ ਸਤਿਗੁਰੂ ਬਾਝੋਂ ਗੁਰ ਨਹੀਂ ਕੋਏ, ਨਿਗੁਰੇ ਕਾ ਹੈ ਨਾਉ ਬੁਰਾ। ਪਾਤਸ਼ਾਹ ਕਹਿੰਦੇ ਜੇ ਕੋਈ ਨਿਗੁਰਾ ਪੁਰਸ਼ ਹੈ ਭਾਈ ਗੁਰੂ ਨਾਨਕ ਲਈ, ਬਸ ਸਿੱਖ ਜੋ ਅਸੀਂ ਅਖਵਾਉਂਦੇ ਹਾਂ, ਜੋ ਅਸੀਂ ਕਹਿੰਦੇ ਹਾਂ ਭਾਈ ਅਸੀਂ ਸਿੱਖ ਧਰਮ ਦੇ ਨਾਲ ਜੁੜੇ ਹੋਏ ਹਾਂ, ਅਤੇ ਸਾਨੂੰ ਕਹਿੰਦੇ ਆ ਸਭ ਧਰਮਾਂ ਨੂੰ ਆਪੋ ਆਪਣੇ ਇਸ਼ਟ ਮੁਬਾਰਕ ਨੇ, ਪਰ ਗੁਰਸਿੱਖਾਂ ਨੂੰ ਖਾਸੀਅਤ ਖਾਸ ਕਰਕੇ ਕਿਹਾ ਪਾਤਸ਼ਾਹ ਨੇ ਵੀ ਆ ਗੁਰਸਿੱਖਾ
ਗੁਰੂ ਸਾਹਿਬ ਤੋਂ ਬਿਨਾਂ ਤੇਰਾ ਕੋਈ ਹੋਰ ਨਹੀਂ ਹੈ ਥਾਉ ਟਿਕਾਣਾ। ਇਸੇ ਕਰਕੇ ਤੂੰ ਗੁਰੂ ਸਾਹਿਬ ਨਾਲ ਜੁੜ ਪਾਤਸ਼ਾਹ ਕਹਿੰਦੇ ਸਤਿਗੁਰ ਵਾਜੋਂ ਮੁਕਤ ਨਾ ਹੋਈ, ਕਿਰਤ ਵਾਧਾ ਕਿਰਤ ਵਾਧਾ ਗ੍ਰਸ ਦੀਨਾ ਹੈ। ਬਸ ਕਿਰਤ ਦਾ ਵਧਿਆ ਹੋਇਆ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਤੂੰ ਗ੍ਰਸਿਆ ਹੋਇਆ ਹੈ, ਵੀ ਕਿਰਤ ਨਾਲ ਹੀ ਭਾਈ ਤੂੰ ਗ੍ਰਸਿਆ ਜਾਣਾ, ਗ੍ਰਸਨ ਦਾ ਪਾਉਂਦਾ ਪਕੜ ਲੈਣਾ, ਬੇੜਿਆਂ 'ਚ ਬੰਧਿਆ ਜਾਣਾ, ਗੁਲਾਮੀ 'ਚ ਆ ਜਾਣਾ। ਅਤੇ ਪਾਤਸ਼ਾਹ ਜੀ ਕਹਿੰਦੇ ਆ ਇਹ ਪਿਆਰਿਓ ਬਸ ਜਿਹੋ ਜਿਹਾ ਅਸੀਂ ਕਰਮ ਕਰਦੇ ਹਾਂ ਕਿਰਤ ਉਹਨਾਂ ਦੇ ਕਾਰਨ ਦੇ ਨਾਲ ਹੀ ਸੋਹਣੇ ਕਿਰਤ ਕਰਾਂਗੇ ਸਤਿਗੁਰੂ ਦਾ ਮਿਲਾਪ ਹੋ ਜੂਗਾ, ਅਤੇ ਮਾੜੇ ਕਰਾਂਗੇ ਫਿਰ ਟੁੱਟੇ ਤਾਂ ਹੋਈ ਆ। ਅਤੇ ਗੁਰੂ ਪਾਤਸ਼ਾਹ ਕਹਿੰਦੇ ਆਪਾਂ ਰੋਜ਼ਾਨਾ ਹੀ ਵਾਹਿਗੁਰੂ ਆਪਾਂ ਪੜ੍ਹਦੇ ਹਾਂ ਕਿ ਨਾ ਆਏ ਮਹੀਨੇ ਬਾਰਾਂ ਮਾਹ ਸਾਹਿਬ ਦੇ ਜਾਪ, ਉਹ 'ਚ ਸਭ ਆਰੰਭਤਾ ਵਿੱਚ ਹੀ ਕਹਿੰਦੇ ਆ ਕਿਰਤ ਕਰਮ ਕੇ ਵਿਸੜੇ, ਵੀ ਕਿਰਤ ਕਰਕੇ ਕਰਮ ਕਰਕੇ ਪਾਤਸ਼ਾਹ ਮਾਲਕ ਤੇਰੇ ਨਾਲੋਂ ਸਾਡਾ ਵਿਛੋੜਾ ਪਿਆ ਹੋਇਆ, ਕਰ ਕਿਰਪਾ ਮਾਲਕ ਸਾਡੇ 'ਤੇ ਕਿਰਪਾ ਕਰੋ, ਕਰ ਕਿਰਪਾ ਮੇਲੋ ਰਾਮ। ਐ ਰਮੇ ਹੋਏ ਰਾਮ ਜੀ, ਵਾਹਿਗੁਰੂ ਜੀ, ਪਰਮੇਸ਼ਰ ਜੀ ਕਿਰਪਾ ਕਰ ਦਿਓ ਸਾਡੇ 'ਤੇ, ਮਿਲਾਪ ਹੋ ਜਾਵੇ ਕਿਤੇ। ਮਿਲਾਪ ਮਿਲਾਪ ਉੱਦਾਂ ਹੀ ਨਹੀਂ ਹੁੰਦਾ, ਮਿਲਾਪ ਸਤਿਗੁਰੂ ਹੀ ਕਰਾਉਂਦੇ ਆ। ਕਿਉਂਕਿ ਆਪਾਂ ਪੰਚਮ ਗੁਰਦੇਵ ਦੇ ਬਚਨ ਪੜ੍ਹਦੇ ਹਾਂ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ ਵਿਸੜਿਆ, ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਪਾਤਸ਼ਾਹ ਕਹਿੰਦੇ ਹਰ ਨਾਮੋ ਮੰਤਰ ਦ੍ਰਿੜਾਏ ਦਾ ਕੱਟੇ ਹੋ ਮੈਂ ਰੋਗ, ਨਾਨਕ ਸਤਿਗੁਰ ਤਿੰਨਾ ਮਿਲਾਇਆ। ਜਿਹਨੇ ਤੁਰੇ ਪਿਆ ਸੰਜੋਗ ਸਤਿਗੁਰੂ ਜੀ ਮਿਲਾਉਂਦੇ ਆ। ਹਰ ਦਰਗਹਿ ਕਾ ਬਸੀਠ ਸਤਿਗੁਰੂ ਹੈ, ਬਸੀਠ ਕਹਿ ਲਈਏ, ਬਸੀਠ ਕਹਿੰਦੇ ਆ ਵਿਚੋਲੇ ਨੂੰ ਵੀ ਕਿਹਾ ਜਾਂਦਾ, ਵਕੀਲ ਨੂੰ ਵੀ ਕਿਹਾ ਜਾਂਦਾ, ਕਿਉਂਕਿ ਕੰਮ ਦੋਨਾਂ ਦਾ ਇੱਕੋ ਹੀ ਹੁੰਦਾ, ਵਿੱਚ ਹੋ ਕੇ ਗੱਲ ਕਰਮ ਕਾਰ ਕਰਨਾ, ਮਿਲਾਪ ਦੀਆਂ ਗੱਲਾਂ ਕਰਾਉਣੀਆਂ, ਸਰੋਹ ਕਰਾ ਦੇਣਾ, ਝਗੜੇ ਨੂੰ ਮਿਟਾ ਦੇਣਾ। ਅਤੇ ਇਸੇ ਕਰਕੇ ਪਾਤਸ਼ਾਹ ਜੀ ਰਹਿਮਤ ਕਰਦੇ ਆ, ਸਮਝਾਉਂਦੇ ਆ ਵੀ ਸਤਿਗੁਰੂ ਹੀ ਭਾਈ ਸਾਨੂੰ ਉਸ ਮਾਲਕ ਨਾਲ ਮੇਲਦੇ ਆ, ਸਤਿਗੁਰੂ ਹੀ ਸਾਡੇ ਆ ਪਈਆਂ ਜਨਮਾਂ ਜਨਮਾਂਤਰ ਦੀਆਂ ਜੰਜੀਰੀਆਂ ਨੂੰ ਬੇੜੀਆਂ ਨੂੰ ਕੱਟਦੇ ਆ। ਇਸੇ ਕਰਕੇ ਸਾਹਿਬਾ ਕਹਿੰਦੇ ਸਤਿਗੁਰ ਬਾਂਝੋ ਮੁਕਤ ਨਾ ਹੋਈ, ਕਿਰਤ ਵਾਧਾ ਗ੍ਰਸ ਦੀਨਾ ਹੈ। ਰਹੁ ਵਿਚਾਰ ਅੱਗੇ ਪਾਤਸ਼ਾਹ ਜੀ ਰਹਿਮਤ ਕਰ ਰਹੇ ਨੇ, ਖੰਡੇ ਧਾਰ ਗਲੀ ਅਤ ਪੀੜੇ, ਲੇਖਾ ਲੀਜੈ ਤਿਲ ਜਿਉਂ ਪੀੜੇ, ਮਾਤ ਪਿਤਾ ਕਲਤਰ ਸੁਤ ਬੇਲੀ ਨਾਈ, ਬਿਨ ਹਰ ਰਸ ਮੁਕਤ ਨਾ ਕੀ ਨਾ ਹੈ। ਪਾਤਸ਼ਾਹ ਕਹਿੰਦੇ ਖੰਡੇ ਧਾਰ ਗਲੀ ਅਤ ਭੀਰੀ, ਪਾਤਸ਼ਾਹ ਕਹਿੰਦੇ ਭਾਈ ਜਿਹੜਾ ਰਸਤਾ ਹੈ ਸਾਡਾ ਉਹ ਖੰਡੇ ਤੋਂ ਤਿੱਖਾ ਅਤੇ ਗਲੀ ਬਹੁਤ ਭੀੜੀ, ਰਸਤਾ ਬਹੁਤ ਭੀੜਾ ਹੈ। ਪਾਤਸ਼ਾਹ ਜੀ ਕਹਿੰਦੇ ਨੇ ਲੇਖਾ ਲੀਜੈ, ਕਹਿੰਦੇ ਲੇਖਾ ਜੋਖਾ ਹੁੰਦਾ ਭਾਈ, ਲੇਖਾ ਜੋਖਾ ਹੁੰਦਾ ਸਾਡਾ ਸਭਨਾਂ ਲਈ, ਕਿਉਂਕਿ ਬਚਨ ਆਪਾਂ ਹੋਰ ਵੀ ਪੜ੍ਹਦੇ ਹਾਂ, ਸਿਮਰਨ ਭਜਨ ਦਇਆ ਨੀ ਕੀਨੀ, ਤੌਮੁਖ ਚੋਟਾ ਖਾਏਗਾ ਧਰਮ ਰਾਏ। ਪਾਤਸ਼ਾਹ ਕਹਿੰਦੇ ਜਬ ਲੇਖਾ ਮੰਗੈ, ਵੀ ਜਦੋਂ ਭਾਈ ਧਰਮ ਦਾ ਰਾਜਾ ਜਿਹੜਾ ਪਰਮਾਤਮਾ ਵਾਹਿਗੁਰੂ ਸੱਚ ਦਾ ਨਿਆਂ ਕਰਨ ਵਾਲਾ, ਧਰਮ ਰਾਜ ਦਾ ਭਾਵ ਹੀ ਹੈ ਵੀ ਧਰਮ ਦਾ ਭਾਈ ਨਿਆਂ ਕਰਨ ਵਾਲਾ, ਧਰਮ ਕੀ ਹੈ ਸੱਚ ਹੈ। ਪਾਤਸ਼ਾਹ ਦੇ ਬਚਨ ਆਪਾਂ ਪੜ੍ਹਦੇ ਹਾਂ, ਬੋਲੀ ਹੈ ਸੱਚ ਧਰਮ, ਸੱਚ ਬੋਲਣਾ ਧਰਮ ਹੈ, ਸੱਚ ਹੀ ਧਰਮ ਹੈ। ਅਤੇ ਸੱਚਾ ਨਿਆਂ ਕਰਨ ਵਾਲਾ ਜਿਹੜਾ ਪਰਮਾਤਮਾ ਵਾਹਿਗੁਰੂ ਹੈ ਜਿਹਨੂੰ ਧਰਮ ਰਾਜ ਕਿਹਾ ਨਾ,
ਪਾਤਸ਼ਾਹ ਕਹਿੰਦੇ ਜਦੋਂ ਉਹ ਲੇਖਾ ਲੈਂਦਾ ਆ ਸੰਸਾਰ ਦਾ ਲੇਖਿਆ ਨੂੰ ਬਦਲਿਆ ਹੀ ਜਾਂਦਾ ਹੈ। ਸੱਚ ਨੂੰ ਝੂਠ ਬਣਾ ਦਿੰਦੀ ਹੈ ਦੁਨੀਆ ਅਤੇ ਝੂਠ ਨੂੰ ਸੱਚ ਬਣਾ ਦਿੰਦੀ ਹੈ। ਜਿਹਨੂੰ ਵਿਹੜੇ ਪੈਣੇ ਆ ਅਤੇ ਉਹਦੇ ਵਿਹੜੇ ਖਿਲਾ ਦਿੰਦੇ ਆ, ਅਤੇ ਜਿਹੜਾ ਸੁਰਖਰੂ ਹੁੰਦਾ ਉਹਦੇ ਵਿਹੜੇ ਪਵਾਏ ਜਾਂਦੇ ਆ। ਪਰ ਉਹ ਸੱਚ ਦਾ ਨਿਆਓ ਪਰਮਾਤਮਾ ਜਿਹੜਾ ਭਾਈ ਉੱਥੇ ਸੱਚੋ ਹੀ ਸੱਚ ਨਿਬੜ ਹੈ। ਪਾਤਸ਼ਾਹ ਕਹਿੰਦੇ ਚੁਣ ਵੱਖ ਕੱਢੇ ਜਜਮਾਲਿਆ, ਚੁਣ ਚੁਣ ਕੇ ਵੱਖੋ ਵੱਖ ਕਰ ਲੈਂਦਾ ਤਾਂ ਪਰਮਾਤਮਾ ਸਾਹਮਣੇ ਰੱਖ ਦਿੰਦਾ, ਲੈ ਪਿਆਰਿਆ ਵੀ ਤੂੰ ਸੱਚਾ ਖਵਾਉਣਾ ਆਪਣੇ ਆਪ ਨੂੰ, ਤੇਰੇ ਤਾਂ ਜ਼ਿੰਦਗੀ 'ਚ ਸੱਚ ਕੁਛ ਨਜ਼ਰ ਹੀ ਨਹੀਂ ਆਉਂਦਾ, ਝੂਠ ਦਾ ਭਰਿਆ ਪਿਆ। ਜਾਂ ਜਿਹਨੂੰ ਕੁਛ ਥਲਾਉਣਾ ਚਾਹੁੰਦਾ ਅਤੇ ਉੱਥੇ ਪਰਮਾਤਮਾ ਸਭ ਕੁਝ ਅੱਗੇ ਕਰਨਾ, ਲੈ ਪਿਆਰਿਆ ਵੀ ਜਿਹਨੂੰ ਤੂੰ ਝੂਠ ਕਹਿੰਦਾ ਸੱਚ ਹੀ ਇਹ ਹੈ। ਅਤੇ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਆ ਵੀ ਇਹ ਪਿਆਰਿਆ ਵੀ ਉੱਥੇ ਲੇਖਾ ਜਦੋਂ ਮਾਲਕ ਲੇਖਾ ਲੈਂਦਾ ਨਾ, ਉਹ ਵਾਹਿਗੁਰੂ ਲੇਖਾ ਲੈਂਦਾ ਹੈ, ਫਿਰ ਭੁਗਤਣਾ ਔਖਾ ਹੋ ਜਾਂਦਾ। ਕਿਉਂਕਿ ਦੁਨੀਆਦਾਰੀ ਵਿੱਚ ਤਾਂ ਆਪਾਂ ਖਿਹੜੇ ਛਡਾ ਲੈਂਦੇ ਹਾਂ, ਪਰ ਮਾਲਕ ਵੱਲੋਂ ਜਦੋਂ ਕੋਈ ਮਾਰ ਆਉਂਦੀ ਹੈ ਫਿਰ ਬੜਾ ਔਖਾ ਹੋ ਜਾਂਦਾ। ਇਸੇ ਕਰਕੇ ਪਾਤਸ਼ਾਹ ਕਹਿੰਦੇ ਪਿਆਰਿਆ ਚੰਗੇ ਕਰਮ ਕਮਾਉਣੇ ਕਰ, ਉਸ ਮਾਲਕ ਨਾਲ ਮਿੱਤਰਤਾ ਆਪਾਂ ਆਰੰਭ ਤਾਂ ਇੱਥੋਂ ਹੀ ਕੀਤੀ ਹੈ ਸ਼ਬਦ ਦੀ। ਪਾਤਸ਼ਾਹ ਨੇ ਹਰ ਸਾ ਮੀਤ ਨਾਹੀ ਮੈਂ ਕੋਈ, ਜਿਨ ਤਨ ਮਨ ਦੀਆ ਸੁਰਤ ਸਮੋਈ। ਪਾਤਸ਼ਾਹ ਕਹਿੰਦੇ ਹਰੀ ਵਰਗਾ ਮਾਲਕ ਵਰਗਾ ਭਾਈ ਕੋਈ ਮਿੱਤਰ ਨਹੀਂ ਹੈ। ਜੇ ਉਸ ਵਾਹਿਗੁਰੂ ਨਾਲ ਹੀ, ਉਸ ਧਰਮ ਰਾਜ ਦੇ ਨਾਲ ਹੀ, ਉਸ ਪਰਮਾਤਮਾ ਦੇ ਨਾਲ ਹੀ ਸਾਡੀ ਮਿੱਤਰਤਾ ਬਣ ਜਾਵੇ, ਫਿਰ ਲੇਖਾ ਕਿਹਨੇ ਲੈਣਾ। ਜਾਂ ਇਉਂ ਕਹਿ ਲਈਏ ਸਤਿਗੁਰੂ ਨਾਨਕ ਦੇ ਨਾਲ ਸਾਡੀ ਨਿਭ ਜਾਵੇ, ਮਿੱਤਰਤਾ ਬਣ ਜਾਵੇ, ਪਿਆਰ ਬਣ ਜਾਵੇ, ਫਿਰ ਕੌਣ ਹੈ ਜਿਹੜਾ ਭਾਈ ਲੇਖਾ ਲੈ ਲਏਗਾ। ਕਿਉਂਕਿ ਇਹ ਬਚਨ ਆਪਾਂ ਪੜ੍ਹਦੇ ਹਾਂ ਵੀ ਧਰਮ ਰਾਇ ਅਬ ਕਹਾ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਇਹ ਵੀ ਬਚਨ ਪੜ੍ਹਦੇ ਹਾਂ ਆਪਾਂ ਵੀ ਧਰਮ ਰਾਇ ਕਿਆ ਕਰੋਗੇ, ਜਾਂ ਨਾਨਕ ਲੇਖਾ ਸਮਝਾ। ਗੁਰੂ ਨਾਨਕ ਸੱਚੇ ਪਾਤਸ਼ਾਹ ਲੇਖਾ ਸਮਝ ਲੈਣ, ਅੱਗੇ ਹੋ ਜਾਣ ਸਿੱਖ ਨੇ, ਅਤੇ ਫਿਰ ਕੌਣ ਹੈ ਗੁਰੂ ਪਿਆਰਿਓ ਗੁਰੂ ਨਾਨਕ ਤੋਂ ਬਾਂਹ ਛਡਾਉਣ ਵਾਲਾ। ਇਸੇ ਕਰਕੇ ਪਾਤਸ਼ਾਹ ਜੀ ਇਹ ਰਹਿਮਤ ਕਰਦਾ, ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰਿਆ ਨਹੀਂ ਤਾਂ ਫਿਰ ਹਾਲਤ ਐਸੀ ਹੈ, ਖੰਡੇ ਧਾਰ ਗਲੀ ਅਤ ਪੀੜੀ ਲੇਖਾ ਲੀਜੈ ਤਿਲ ਜੋ ਪੀੜੀ। ਜਿਵੇਂ ਤਿਲਾਂ ਨੂੰ ਪੀੜਿਆ ਜਾਂਦਾ ਨਾ, ਤਿਲ ਪੀੜ ਕੇ ਵੇਖ ਲਓ ਗੁਰੂ ਪਿਆਰਿਓ ਕਿੱਦਾਂ ਕਰਕੇ ਉਹਨਾਂ ਵਿੱਚੋਂ ਤੇਲ ਕੱਢਿਆ ਜਾਂਦਾ ਹੈ, ਕਿੰਨੇ ਬਰੀਕ ਵਸਤੂ ਵਿੱਚੋਂ ਵੀ। ਇਉਂ ਹੀ ਪਾਤਸ਼ਾਹ ਭਾਵ ਇਹ ਕਹਿੰਦੇ ਆ ਬਈ ਬੜੀ ਬਰੀਕੀ ਦੇ ਨਾਲ ਉਹ ਜਿਹੜਾ ਧਰਮ ਰਾਜਾ, ਉਹ ਜਿਹੜਾ ਵਾਹਿਗੁਰੂ ਹੈ ਪਰਮੇਸ਼ਰ ਹੈ ਭਾਈ, ਉਹ ਛੋਟੇ ਤੋਂ ਛੋਟੇ ਪਾਪ ਪੁੰਨ ਦੀ ਵਿਚਾਰ ਕਰਦਾ, ਤਿਲ ਮਾਤਰ ਵੀ ਅਜਾਇ ਨਹੀਂ ਜਾਣ ਦਿੰਦਾ। ਭਾਵੇਂ ਚੰਗਾ ਕਰਮ ਕਰੀਏ ਭਾਵੇਂ ਮਾੜਾ ਕਰੀਏ, ਹਿਸਾਬ ਦੋਨਾਂ ਦਾ ਬਰਾਬਰ ਹੈ। ਇਸੇ ਕਰਕੇ ਪਾਤਸ਼ਾਹ ਜੀ ਕਹਿ ਰਹੇ ਨੇ ਇੱਕ ਤਿਲ ਨਹੀਂ ਭੰਨੈ ਘੱਲ ਹੈ, ਘਾਲੇ ਦਾ ਭਾਵ ਘਾਲ ਕਮਾਈ ਸਾਡੀ। ਇੱਕ ਤਿਲ ਮਾਤਰ ਵੀ, ਤਿਲਾਂ ਦੇ ਤੇਲ ਦੀ ਇੱਥੇ ਗੱਲ ਹੋ ਰਹੀ ਹੈ, ਪੀੜੇ ਜਾਂਦੇ ਆ ਪਾਤਸ਼ਾਹ ਕਹਿੰਦੇ ਨੇ, ਅਤੇ ਇੱਧਰ ਪਾਤਸ਼ਾਹ ਕਹਿੰਦੇ ਇੱਕ ਤਿਲ ਮਾਤਰ ਵੀ ਕੀਤੀ ਹੋਈ ਘਾਲ ਕਮਾਈ ਭਾਵੇਂ ਚੰਗੀ ਹੈ ਭਾਵੇਂ ਮਾੜੀ ਹੈ, ਪਾਤਸ਼ਾਹ ਅਜਾਈ ਨਹੀਂ ਜਾਣ ਦਿੰਦੇ, ਲੇਖਾ ਬਰਾਬਰ ਰੱਖਦੇ। ਇਸੇ ਕਰਕੇ ਇਹ ਬੰਦਿਆ ਤੈਨੂੰ ਮਤ ਬੁੱਧ ਦਿੱਤੀ ਹੈ ਪਾਤਸ਼ਾਹ ਨੇ। ਸਾਹਿਬ ਕਹਿੰਦੇ ਆ ਜਨ ਤਨ ਮਨ ਦੀ ਆ ਸੁਰਤ ਸਮੋਈ, ਤਨ ਵੀ ਦਿੱਤਾ ਮਨ ਵੀ ਦਿੱਤਾ, ਅਤੇ ਸੁਰਤ ਕਹਿ ਲਈਏ ਵਿਚਾਰ ਬੁੱਧ ਕਹਿ ਲਈਏ ਆਪਾਂ ਵੀ ਸਾਨੂੰ ਦਿੱਤੀ ਆ। ਇਹ ਵੱਖਰੀ ਗੱਲ, ਕੋਈ ਬੁੱਧ ਤੋਂ ਭਾਈ ਕੰਮ ਲੈਂਦਾ ਹੈ, ਕੋਈ ਨਹੀਂ ਲੈਂਦਾ, ਕੋਈ ਵਿਚਾਰ ਕਰਦਾ ਹੈ
ਅਤੇ ਕੋਈ ਦੂਸਰਿਆਂ 'ਤੇ ਤੁਰਿਆ ਫਿਰਦਾ। ਬਹੁਤ ਆਤ ਗਿਣਤੀ ਸਾਡੀ ਇਹੀ ਆ ਵੀ ਜਿੱਧਰ ਨੂੰ ਕੋਈ ਲਾਂਦਾ ਉੱਧਰ ਨੂੰ ਹੋ ਜਾਂਦੇ, ਆਪਣੇ ਮਨ ਦੀ ਵਿਚਾਰ ਹੀ ਨਹੀਂ ਕਦੇ ਕਰੀ ਅਸੀਂ, ਵਿਚਾਰ ਨਹੀਂ ਕਰੀ। ਪਾਤਸ਼ਾਹ ਤਾਂ ਕਹਿੰਦਾ ਤੈਨੂੰ ਮੱਤ ਦਿੱਤੀ ਹੈ ਪਿਆਰਿਆ, ਬੁੱਧ ਦਿੱਤੀ ਹੈ, ਸਮਝ ਕੇ ਕਰਮ ਕਰਿਆ ਕਰ। ਪਰ ਇਹ ਜਾਣਦਾ ਹੋਇਆ ਵੀ ਪਾਤਸ਼ਾਹ ਕਹਿੰਦੇ ਆ ਵੀ ਅਣਜਾਣ ਬਣਿਆ ਫਿਰਦਾ, ਕਿਉਂਕਿ ਪਾਤਸ਼ਾਹ ਨੇ ਵਚਨ ਕੀਤੇ ਕਹਿੰਦਾ ਵੀ ਮਨ ਜਾਣਤ ਸਭ ਬਾਤ, ਕਹਿੰਦੇ ਜਾਣਦਾ ਤਾਂ ਸਭ ਕੁਛ ਹੀ ਹੈ ਮਨ। ਗੱਲਾਂ ਕਰ ਲਈ ਆਪਾਂ ਜਿਹਦੇ ਨਾਲ ਮਰਜ਼ੀ, ਹਰ ਇੱਕ ਕਹਿੰਦਾ ਵੀ ਆਹ ਗੱਲ ਤਾਂ ਮੈਨੂੰ ਪਤਾ ਹੀ ਹੈ, ਆਹ ਤਾਂ ਮੈਨੂੰ ਪਤਾ ਹੀ ਹੈ, ਹਰ ਇੱਕ ਕਹਿੰਦਾ। ਪਰ ਪਾਤਸ਼ਾਹ ਕਹਿੰਦੇ ਮਨ ਜਾਣਦਾ ਸਭ ਕੁਛ ਹੈ, ਸਾਡੇ ਸਾਹਮਣੇ ਵੀ ਸੰਸਾਰ ਵਿੱਚ ਸਭ ਕੁਝ ਹੁੰਦਾ, ਵੇਖਦੇ ਹਾਂ ਸੁਣਦੇ ਹਾਂ ਵੀ ਕਿਹੜੇ ਨੇ ਕੀ ਕੰਮ ਕੀਤਾ, ਉਹ ਨਾਲ ਕਿਹੋ ਜਿਹਾ ਅਸਰ ਹੋਇਆ, ਕਿਹਨੇ ਕੀ ਕੀਤਾ ਉਹਨੂੰ, ਕਿਹੋ ਜਿਹਾ ਅਸਰ, ਸਭ ਕੁਛ ਸਾਡੇ ਸਾਹਮਣੇ। ਤਦੇ ਪਾਤਸ਼ਾਹ ਕਹਿੰਦਾ ਵੀ ਮਨ ਜਾਣਤ ਸਭ ਬਾਤ, ਪਰ ਜਾਣਦਾ ਹੋਇਆ ਵੀ ਪਾਤਸ਼ਾਹ ਕਹਿੰਦਾ ਜਾਣਤ ਹੀ ਔਗਣ ਕਰੇ, ਜਾਣਦਾ ਹੋਇਆ ਫਿਰ ਇਹ ਔਗਣ ਕਰੀ ਜਾਂਦਾ, ਫਿਰ ਮਾੜੇ ਕਰਮਾਂ ਵਿੱਚ ਹੀ ਪਿਆ ਹੋਇਆ। ਅਤੇ ਇਸੇ ਕਰਕੇ ਸਾਹਿਬ ਇਹ ਰਹਿਮਤ ਕਰਦਿਆਂ ਸਾਨੂੰ ਸਮਝਾਉਂਦੇ ਆ, ਕਹਿੰਦੇ ਐ ਪਿਆਰਿਆ ਵੇਖੀ ਕਿਤੇ ਲੇਖਾ ਲੀਜੈ ਤਿਲ ਜਿਉਂ ਪੀੜੀ, ਜਿਵੇਂ ਤਿਲ ਤਿਲਾਂ ਨੂੰ ਪੀੜਿਆ ਜਾਂਦਾ ਹੈ, ਪਾਤਸ਼ਾਹ ਕਹਿੰਦੇ ਇਉਂ ਹੀ ਉਹ ਲੇਖਾ ਲੈਂਦਾ, ਇੱਕ ਤਿਲ ਮਾਤਰ ਵੀ ਘਾਲਕ ਮਈ ਅਜਾਈ ਨਹੀਂ ਜਾਣ ਦਿੰਦਾ। ਇਸੇ ਕਰਕੇ ਸਾਹਿਬ ਕਹਿੰਦੇ ਫਿਰ ਜਦੋਂ ਲੇਖਾ ਜੋਖਾ ਹੁੰਦਾ ਭਾਈ, ਕਰਮ 'ਤੇ ਗੱਲ ਆਉਂਦੀ ਹੈ, ਫਿਰ ਮਾਤ ਪਿਤਾ ਕੁਲਤਰ ਸੁੱਤ ਬੇਲੀ ਨਾਹੀਂ। ਬੇਲੀ ਦਾ ਭਾਵ ਕੀ ਹੈ ਵੀ ਫਿਰ ਉੱਥੇ ਮਿੱਤਰਤਾ ਜਾਂ ਆਪਣਾ ਸੰਬੰਧ ਨਹੀਂ ਨਿਭਾ ਸਕਦਾ ਕੋਈ, ਜਦੋਂ ਫਿਰ ਮਾਲਕ ਵੱਲੋਂ ਲੇਖਾ ਲਿਆ ਜਾਂਦਾ, ਫਿਰ ਨਹੀਂ, ਫਿਰ ਚਾਹੇ ਮਾਤਾ ਚਾਹੇ ਪਿਤਾ, ਭਾਵੇਂ ਕੁਲੱਤਰ ਭਾਵੇਂ ਸੁੱਤ ਸੁੱਤਰ ਭਾਵ ਪੁੱਤਰ, ਕੋਈ ਵੀ ਨਹੀਂ ਉੱਥੇ ਬੇਲੀ ਬਣਾ ਨਿਭਾ ਸਕਦਾ, ਕੋਈ ਵੀ ਨਹੀਂ ਮਿੱਤਰਤਾ ਨਿਭਾ ਸਕਦਾ, ਉਸ ਮਾਲਕ ਦੇ ਅੱਗੇ ਕਿਸੇ ਦਾ ਵੀ ਜ਼ੋਰ ਨਹੀਂ ਚੱਲਦਾ, ਪਰਮਾਤਮਾ ਅੱਗੇ ਨਾ ਕਿਸੇ ਦਾ ਚੱਲਿਆ ਜ਼ੋਰ, ਅਤੇ ਉੱਥੇ ਫਿਰ ਸਾਡੇ ਸਭਨਾ ਦੇ ਹੱਥ ਖੜ੍ਹੇ ਹੋ ਜਾਂਦੇ ਆ। ਇਸੇ ਕਰਕੇ ਪਾਤਸ਼ਾਹ ਕਹਿੰਦੇ ਬਿਨ ਹਰ ਰਸ ਮੁਕਤ ਨਾ ਕੀਨਾ ਹੈ, ਬਿਨਾਂ ਪਰਮਾਤਮਾ ਦੇ ਨਾਮ ਰਸ ਤੋਂ ਕਿਸੇ ਤਰ੍ਹਾਂ ਵੀ ਕਿਸੇ ਤੋਂ ਕੋਈ ਮੁਕਤ ਨਹੀਂ ਹੁੰਦਾ, ਨਾ ਕੋਈ ਕਰ ਸਕਦਾ। ਇਸੇ ਕਰਕੇ ਪਾਤਸ਼ਾਹ ਜੀ ਰਹਿਮਤ ਕਰਦੇ ਹੈ, ਸਾਨੂੰ ਸਮਝਾਉਂਦੇ ਹਨ ਅੱਗੇ, ਮੀਤ ਸਖੇ ਕਹਤੇ ਜਗ ਮਾਹੀ, ਬਿਨ ਗੁਰ ਪਰਮੇਸ਼ਰ ਕੋਈ ਨਾਹੀ, ਗੁਰ ਕੀ ਸੇਵਾ ਮੁਕਤ ਪਰਾਇਣਾ, ਆਨੰਦਨ ਕੀਰਤਨ ਕੀ ਨਾ ਹੈ। ਪਾਤਸ਼ਾਹ ਕਹਿੰਦੇ ਮੀਤ ਸਖੇ ਕਹਤੇ ਜਗ ਮਾਹੀ, ਕਹਿੰਦੇ ਜਾਗਤ ਦੇ ਵਿੱਚ ਭਾਈ ਬਹੁਤ ਹੀ ਕੇਤੇ ਦਾ ਭਾਵ ਹੁੰਦਾ, ਬਹੁਤ ਜ਼ਿਆਦਾ ਮਿੱਤਰ ਨੇ, ਹਰ ਇੱਕ ਨੇ ਮਿੱਤਰਤਾ ਹੈ ਸੰਸਾਰ ਵਿੱਚ ਸਾਡੀ। ਪਾਤਸ਼ਾਹ ਕਹਿੰਦੇ ਬੜੇ ਸਖੇ ਮਿੱਤਰ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਤਾਂ ਮੇਰਾ ਨੇੜੇ ਵਾਲਾ ਮਿੱਤਰ ਹੈ ਜੀ, ਇਹ ਮੇਰਾ ਬਹੁਤ ਪਿਆਰਾ ਮਿੱਤਰ ਹੈ ਜੀ, ਕਹਿੰਦੇ ਆਪ ਬੜਾ ਭਾਵ ਕੇ। ਪਾਤਸ਼ਾਹ ਜੀ ਕਹਿੰਦੇ ਅਸੀਂ ਬੜਾ ਕਹਿੰਦੇ ਹਾਂ ਵੀ ਆਹ ਮੇਰਾ ਬਹੁਤ ਹੀ ਨਿਕਟ ਵਰਤੀ ਹੈ, ਇਹ ਮੇਰਾ ਵਿਸ਼ਟ ਫਰੈਂਡ ਹੈ ਜੀ, ਇਹ ਬਹੁਤ ਭਾਵ ਕੇ ਇੱਦਾਂ ਨਹੀਂ ਅਸੀਂ ਗੱਲਾਂ ਕਰਦੇ। ਪਰ ਪਾਤਸ਼ਾਹ ਕਹਿੰਦੇ ਬੜੇ ਨੇ ਐਸੇ ਜੱਗ ਵਿੱਚ, ਪਰ ਸਾਹਿਬ ਕਹਿੰਦੇ ਬਿਨ ਗੁਰ ਪਰਮੇਸ਼ਰ, ਗੁਰੂ ਤੋਂ ਪਰਮੇਸ਼ਰ ਤੋਂ ਬਿਨਾਂ ਪਾਤਸ਼ਾਹ ਕਹਿੰਦੇ ਕੋਈ ਨਾਹੀਂ, ਕੋਈ ਨਹੀਂ ਕਿਸੇ ਦਾ ਮਿੱਤਰ ਬੇਲੀ ਸੰਸਾਰ ਵਿੱਚ। ਠੀਕ ਹੈ ਸਾਡੀ ਮਿੱਤਰਤਾ ਹੈ, ਸਾਡੇ ਸੰਬੰਧ ਨੇ, ਪਰ ਪਾਤਸ਼ਾਹ ਕਹਿੰਦੇ ਇਹਨਾਂ ਸੰਬੰਧਾਂ ਦੇ ਨਾਲ ਭਾਈ ਪਿਆਰੇ ਪਰਮਾਤਮਾ ਨੂੰ ਵੀ ਯਾਦ ਰੱਖੋ, ਵਾਹਿਗੁਰੂ ਨੂੰ ਵੀ ਯਾਦ ਰੱਖੋ।
ਕਿਤੇ ਸੰਬੰਧਾਂ ਵਿੱਚ ਹੀ ਨਾ ਰਹਿ ਜਾਈਏ। ਬਹੁਤ ਆਤ ਗਿਣਤੀ ਇਹੀ ਹੁੰਦੀ ਹੈ ਸੰਸਾਰ 'ਚ, ਆਪਾਂ ਵੇਖਦੇ ਹਾਂ ਨਾ ਕਿਸੇ ਮਾੜੇ ਮੋਟੇ ਅਹੁਦੇਦਾਰ ਨਾਲ ਸਾਡੀ ਲਿਹਾਜ਼ ਪੈ ਜੇ, ਮਿੱਤਰਤਾ ਪੈ ਜੇ ਅਤੇ ਬੜੇ ਵਿਗੜ ਜਾਈਦਾ, ਬਹੁਤੇ ਬਹੁਤ ਜ਼ਿਆਦਾ ਅੱਗੋਂ ਵਿਗਾੜਨ ਵਾਲੇ ਵੀ ਹੁੰਦੇ ਆ ਵੀ ਕੋਈ ਗੱਲ ਨਹੀਂ ਆਪਣੀ ਚੱਲਦੀ ਹੈ, ਜੇ ਕਿਤੇ ਲੋੜ ਪਵੇ ਦੱਸ ਦੀ। ਫਿਰ ਲੋੜਾਂ ਅਸੀਂ ਇਹੋ ਜਿਹੀਆਂ ਬਣਾ ਲੈਂਦੇ ਹਾਂ, ਮਨ ਆਈਆਂ ਕਰਨ ਲੱਗ ਜਾਂਦੇ ਹਾਂ, ਪੁੱਠੇ ਸਿੱਧੇ ਕਰਮ ਕਰਦੇ ਹਾਂ, ਕਹਿ ਦਿੰਦੇ ਵੀ ਹੈ ਸਾਨੂੰ ਬਚਾਉਣ ਵਾਲਾ ਹੈਗਾ, ਬੜਾ ਫਿਰ ਮਾਣ ਕਰਦੇ ਆ। ਫਿਰ ਇਹੋ ਜਿਹੇ ਕਰਮ ਹੁੰਦੇ ਆ ਗੁਰੂ ਪਿਆਰਿਓ, ਫਿਰ ਉਹ ਵੀ ਹੱਥ ਖੜ੍ਹੇ ਕਰ ਜਾਂਦੇ ਆ, ਕਹਿ ਦਿੰਦੇ ਆ ਭਾਈ ਇੱਥੇ ਸਾਡਾ ਹੁਣ ਜ਼ੋਰ ਨਹੀਂ ਚੱਲਣਾ, ਜਿਨ੍ਹਾਂ ਪਿੱਛੇ ਲੱਗ ਕੇ ਕੋਈ ਮਾੜੇ ਕਰਮਾਂ ਵਿੱਚ ਪੈ ਜਾਂਦਾ। ਇਸੇ ਕਰਕੇ ਪਾਤਸ਼ਾਹ ਜੀ ਕਿਰਪਾ ਕਰਦੇ ਆ ਸਾਨੂੰ ਸਮਝਾਉਂਦੇ ਆ ਬਈ ਗੁਰੂ ਪਰਮੇਸ਼ੁਰ ਤੋਂ ਬਿਨਾਂ ਕੋਈ ਨਹੀਂ ਭਾਈ ਤੈਨੂੰ ਰੱਖਣ ਵਾਲਾ। ਹੁਣ ਜੇ ਜੀਵ ਗੁਰੂ ਸਾਹਿਬ ਨਾਲ ਜੁੜਿਆ ਹੋਵੇਗਾ, ਗੁਰੂ ਪਾਤਸ਼ਾਹ ਤਾਂ ਵਾਰ ਵਾਰ ਕਹਿੰਦੇ ਆ ਭਾਈ ਮੰਦੇ ਕਰਮਾਂ ਤੋਂ ਬਚ, ਮਾੜੀਆਂ ਵਹਿਵਤਾਂ ਤੋਂ ਬਸ, ਨਸ਼ੇ ਵਿਸ਼ੇ ਵਿਕਾਰਾਂ ਤੋਂ ਬਚਣਾ ਕਰ, ਇਹ ਸੱਚੀ ਮਿੱਤਰਤਾ ਹੈ। ਪਰ ਦੁਨਿਆਵੀ ਤੌਰ 'ਤੇ ਬਹੁਤੀਆਂ ਮਿੱਤਰਤਾਵਾਂ ਵੇਖਦਿਆਂ ਉਹ ਇੱਧਰ ਨੂੰ ਲੈ ਕੇ ਜਾਂਦੀਆਂ ਨੇ, ਉਹ ਕਹਿਣਗੇ ਲੈ ਭਾਈ ਤੂੰ ਮੇਰਾ ਮਿੱਤਰ ਨਹੀਂ ਹੈ, ਮੇਰੀ ਮੰਨਣੀ ਨਹੀਂ, ਉਹ ਪਤਾ ਨਹੀਂ ਕੀ ਸਕ ਸਕਾ ਦਿੰਦੇ ਨੇ, ਪਤਾ ਨਹੀਂ ਕਿੱਧਰ ਕਿੱਧਰ ਨੂੰ ਲਾ ਦਿੰਦੇ ਆ। ਫਿਰ ਇੱਦਾਂ ਹੀ ਭਾਵ ਕੇ ਗੁਰੂ ਪਿਆਰਿਓ ਜੀਵਨ ਹੈ ਜਿਹੜਾ ਨਰਕ ਬਣ ਜਾਂਦਾ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਜਦੋਂ ਕੋਈ ਸੁੱਖ ਹੁੰਦੀ ਹੈ ਇਕੱਠ ਬੜਾ ਹੁੰਦਾ ਆਲਾ ਦੁਆਲਾ, ਅਤੇ ਜੇ ਕੋਈ ਦੁੱਖ ਆ ਜਾਂਦਾ ਜਦੀ ਖਿੰਡਣੇ ਸ਼ੁਰੂ ਹੋ ਜਾਂਦੇ ਆ। ਬੜੀ ਵਾਰ ਬਚਨ ਆਪਾਂ ਪੜ੍ਹਦੇ ਹਾਂ ਜੋ ਸਾਹਿਬ ਕਹਿੰਦੇ ਆ ਪ੍ਰੀਤਮ ਜਾਣ ਲਿਹੋ ਮਨ ਮਾਹੀ, ਆਪਣੇ ਸੁੱਖ ਸਿਓ ਹੀ ਜਗ ਪਾਂਦਿਓ ਕੋ ਕਾਹੂ ਕੋ ਨਾਹੀ। ਪਾਤਸ਼ਾਹ ਕਹਿੰਦੇ ਸੁੱਖ ਮੈਂ ਆਣ ਬਹੁਤ ਮਿਲ ਬੈਠਤ, ਰਹਿਤ ਚਾਹੂੰ ਦੇ ਸਕੇਰੇ। ਸੁੱਖ ਜਦੋਂ ਆਉਂਦੇ ਹੈ ਪਾਤਸ਼ਾਹ ਕਹਿੰਦੇ ਬੜੇ ਆ ਆ ਕੇ ਮਿਲ ਬਰਤਨ ਵਧਾਉਂਦੇ ਆ, ਬੜੇ ਦੋਸਤੀਆਂ ਜਾਰੀਆਂ ਬੇਲੀਆਂ ਬਣਾਉਂਦੇ ਆ। ਅਤੇ ਪਾਤਸ਼ਾਹ ਕਹਿੰਦੇ ਫਿਰ ਜਦੋਂ ਉਲਟਾ ਕਰਮ ਚੱਲ ਪੈਂਦਾ ਹੈ, ਸਾਹਿਬ ਕਹਿੰਦੇ ਨੇ ਬਿਪਤ ਭਰੀ ਸਭ ਹੀ ਸੰਗ ਸਾਡਤ ਕੋ ਨਾ ਆਬਤ ਨੇਰੇ। ਜਦੋਂ ਕੋਈ ਬਿਪਤਾ ਪੈਂਦੀ ਹੈ ਫਿਰ ਸਾਰੇ ਗੁਰੂ ਪਿਆਰਿਓ ਜਿਹੜੇ ਕਹਿੰਦੇ ਆ ਤੇਰਾ ਤੇਰਾ ਮੈਂ ਤੇਰਾ ਹੀ ਹਾਂ, ਤੇਰੇ ਤੋਂ ਬਿਨਾਂ ਸਾਹ ਨਹੀਂ ਆਉਂਦਾ, ਅਤੇ ਫਿਰ ਪਾਤਸ਼ਾਹ ਕਹਿੰਦੇ ਸਾਰੀ ਛੱਡ ਕੇ ਤੁਰਨ ਲੱਗ ਜਾਂਦੇ ਆ। ਇਹ ਹਾਲਤ ਦੁਨੀਆ ਦੀ ਹੈ, ਵੇਖਦੇ ਹੀ ਆਪਾਂ ਸਾਰੇ ਭਾਵ ਸਮਝਦਾਰੀ ਹਾਂ, ਕੋਈ ਵਿਰਲਾ ਹੀ ਹੈ ਜਿਹਦੇ ਨਾਲ ਐਸੀਆਂ ਘਟਨਾਵਾਂ ਨਹੀਂ ਵਾਪਰੀਆਂ, ਨਹੀਂ ਵਾਪਰਦੀਆਂ ਰਹਿੰਦੀਆਂ ਨੇ। ਇਸੇ ਕਰਕੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਆ ਵੀ ਇਹ ਪਿਆਰਿਆ ਸੱਚਾ ਮਿੱਤਰ ਅਸਲ ਵਿੱਚ ਗੁਰੂ ਸਾਹਿਬ ਹੈ ਤੇਰਾ, ਉਹ ਪਰਮੇਸ਼ਰ ਵਾਹਿਗੁਰੂ ਹੈ, ਅਤੇ ਝੂਠੇ ਮਿੱਤਰਾਂ ਦੇ ਪਿੱਛੇ ਲੱਗ ਕੇ ਸੱਚੇ ਨਾਲੋਂ ਨਾਤਾ ਨਾ ਕਿਤੇ ਤੋੜ ਲਈ। ਤੜਾਉਂਦੀ ਹੈ ਦੁਨੀਆ, ਭਾਵ ਕਿ ਇਹੋ ਜਿਹੇ ਕਰਮ ਸਾਡੇ ਘਰਾਂ ਵਿੱਚ ਆਉਂਦੇ ਆ ਅਤੇ ਕਹਿੰਦੇ ਵੀ ਹੁਣ ਮਿੱਤਰਤਾ ਨਹੀਂ ਰਹਿਣੀ ਜੇ ਆਹ ਕੰਮ ਨਾ ਕੀਤਾ। ਵੇਖੀ ਪਿਆਰਿਆ ਕਿਤੇ ਸੱਚੇ ਮਿੱਤਰ ਨਾਲੋਂ ਨਾ ਝੂਠੇ ਮਿੱਤਰਾਂ ਪਿੱਛੇ ਲੱਗ ਕੇ ਟੁੱਟ ਜਾਵੀ, ਬੜੀ ਦੁਨੀਆ ਟੁੱਟ ਜਾਂਦੀ ਆ। ਅਤੇ ਅਗਲਾ ਕਹਿੰਦਾ ਲਓ ਜੀ ਹੁਣ ਮੈਂ ਕੀ ਕਰਦਾ, ਜੇ ਨਹੀਂ ਮੰਨਦਾ ਸੀ ਤਾਂ ਮੇਰੇ ਉਹ ਮਿੱਤਰ ਸੀ ਉਹਨਾਂ ਦੇ ਨਾਲ ਲੱਗ ਕੇ ਮੈਂ ਆਹ ਕੁਝ ਕਰ ਬੈਠਿਆ, ਆਹ ਕੁਝ ਕਰ ਲਿਆ ਹੈ। ਇਹੋ ਜਿਹੇ ਕਰਮ ਹੁੰਦੇ ਆ ਤਾਂ ਤੇ ਬਚੀਏ, ਸਤਿਗੁਰੂ ਜੀ ਕਿਰਪਾ ਕਰਨ। ਸਾਹਿਬ ਕਹਿੰਦੇ ਆ ਬਿਨ ਗੁਰ ਪਰਮੇਸ਼ਰ ਕੋਈ ਨਾਹੀਂ। ਸਾਹਿਬ ਕਹਿੰਦੇ ਗੁਰ ਕੀ ਸੇਵਾ ਮੁਕਤ ਪਰਾਇਣ, ਗੁਰੂ ਦੀ ਸੇਵਾ ਦੇ ਵਿੱਚੋਂ ਹੀ ਪਾਤਸ਼ਾਹ ਕਹਿੰਦੇ ਭਾਈ ਮੁਕਤੀ ਮਿਲਦਾ, ਮੁਕਤੀ ਦਾ ਆਸਰਾ ਮਿਲਦਾ, ਪਰਾਇਣ ਆਸਰੇ ਨੂੰ ਕਹਿੰਦੇ ਆਨੰਦਨ ਕੀਰਤਨ ਕੀਨਾ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਆ ਭਾਈ ਆਨੰਦਨ ਦਾ ਭਾਵ ਕੀ ਹੈ, ਹਰ ਦਿਨ ਭਾਈ ਮਾਲਕ ਦੀ ਕੀਰਤੀ ਕਰਿਆ ਕਰੋ। ਕੀਰਤੀ ਦਾ ਭਾਵ ਦਾ ਉਸਤਤ ਵਡਿਆਈ, ਆ ਬਾਣੀ ਸਾਰੀ ਵਡਿਆਈ ਹੈ ਵੀ ਬਾਣੀ ਨਾਲ ਜੁੜਿਆ ਕਰੋ ਭਾਈ। ਸਾਨੂੰ ਸਾਰਿਆਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਇਹ ਕਹਿ ਰਹੇ ਨੇ
ਤੇ ਅੱਗੇ ਜਾ ਕੇ ਪਾਤਸ਼ਾਹ ਜੀ ਬਾਰਵੀਂ ਪੌੜੀ ਵਿੱਚ ਕੋੜ ਸੋੜ ਸਾਚੇ ਕੋ ਤਾਬ ਜੋ ਇਸੋ ਸੋ ਹੀ ਫਲ ਪਾਬ ਸਾਚ ਬੱਕਰ ਕੇ ਬਾਪਾਰੀ ਬਿਰਲੇ ਲੈ ਲਾਹਾ ਸੌਦਾ ਕੀ ਨਾਹੇ ਪਾਤਸ਼ਾਹ ਕਹਿੰਦੇ ਕੋੜ ਸੋੜ ਸਾਚੇ ਕੋ ਤਾਬ ਕਹਿੰਦੇ ਆ ਪਿਆਰਿਓ ਕੂੜ ਨੂੰ ਛੱਡ ਕੇ ਝੂਠ ਨੂੰ ਛੱਡ ਕੇ ਸੱਚ ਵੱਲ ਨੂੰ ਧਾਵਣਾ ਕਰੋ ਧਾਵਣਾ ਦੌੜਨਾ ਹੁੰਦਾ ਹੈ ਪਾਤਸ਼ਾਹ ਕਹਿੰਦੇ ਭਾਈ ਸੱਚ ਵੱਲ ਨੂੰ ਭੱਜਣਾ ਕਰੋ ਕੂੜ ਨੂੰ ਛੱਡਣਾ ਕਰੋ ਜੋ ਇਸੋ ਸੋਈ ਫਲ ਪਾਵੋ ਪਾਤਸ਼ਾਹ ਕਹਿੰਦੇ ਜੇ ਸੱਚ ਨਾਲ ਜੁੜੋਗੇ ਭਾਈ ਜੋ ਇਸਾਵਾਂ ਹੋਣਗੀਆਂ ਤੁਹਾਡੀਆਂ ਪੂਰਨ ਹੋਣਗੀਆਂ ਪਾਤਸ਼ਾਹ ਕਹਿੰਦੇ ਝੂਠ ਨਾਲ ਜੁੜ ਕੇ ਨਹੀਂ ਹੁੰਦੀਆਂ ਇਸੇ ਕਰਕੇ ਝੂਠ ਦਾ ਖਹਿੜਾ ਛੱਡਣ ਨੂੰ ਪਾਤਸ਼ਾਹ ਜੀ ਕਹਿੰਦੇ ਆ ਝੂਠਾ ਕੌਣ ਹੈ ਸਾਕਤ ਪੁਰਸ਼ ਜਿਹੜਾ ਸੱਚ ਨਾਲੋਂ ਟੁੱਟਿਆ ਹੋਇਆ ਸਾਕਤਾਂ ਨੂੰ ਤਾਂ ਪਾਤਸ਼ਾਹ ਨੇ ਕਹਿ ਦਿੱਤਾ ਸਾਨੂੰ ਸਾਹਿਬ ਕਹਿੰਦੇ ਆ ਬਾਬਾ ਕਬੀਰ ਸਾਹਿਬ ਦੇ ਬਚਨ ਬੇਅੰਤ ਨੇ ਸਾਨੂੰ ਸਮਝਾਉਣ ਲਈ ਉਹ ਕਹਿੰਦੇ ਕਬੀਰ ਸਾਕਤ ਸੰਗ ਨਾ ਕੀਜੀਐ ਦੂਰੋਂ ਜਾਈਐ ਭਾਗ ਪਾਸੋ ਕਾਰਨ ਪਰਸੀਐ ਤਉ ਕਸ ਲਾਗੈ ਦਾਗ ਕਹਿੰਦੇ ਪਿਆਰਿਓ ਸਾਕਤਾਂ ਦੀ ਸੰਗਤ ਨਾ ਕਰੋ ਦੂਰੋਂ ਹੀ ਦੇਖ ਕੇ ਦੌੜ ਜਾਵੋ ਪਰੇ ਹੋ ਜਾਵੋ ਜੇ ਕੋਈ ਸੱਚਾ ਮਿਲਦਾ ਤਾਂ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਸੱਚੇ ਕੋ ਧਾਵੋ ਸੱਚੇ ਪਾਸੇ ਨੂੰ ਦੌੜ ਕੇ ਜਾਓ ਪਰ ਅੱਜ ਇਹ ਸਾਡੀ ਸੰਸਾਰ ਦੀ ਜਿਹੜੀ ਸੋਚਣ ਸ਼ਕਤੀ ਹੈ ਕਹਿ ਲਈਏ ਦਸਾਂ ਇਹ ਉਲਟ ਹੈ ਸੱਚ ਵੱਲ ਨੂੰ ਤਾਂ ਅਸੀਂ ਪਰੇ ਨੂੰ ਭੱਜਦੇ ਹਾਂ ਅਤੇ ਝੂਠ ਦੇ ਲਾਗੇ ਨੂੰ ਅਸੀਂ ਦੌੜ ਦੌੜ ਕੇ ਜਾਂਦੇ ਹਾਂ ਕਿਤੇ ਸੱਤ ਸੰਗਤ ਹੋਵੇ ਗੁਰੂ ਪਿਆਰੇ ਉਹ ਬਿਰਲੀ ਹੈ ਜਿਹੜੇ ਮਾਲਕ ਦੀ ਸੰਗਤ ਕਰਦੇ ਹੈ ਬਹੁਤ ਆਤ ਗਿਣਤੀ ਹੈ ਕੋਈ ਸੰਗਤ ਹੋਣੀ ਹੋਵੇ ਕਿਤੇ ਹੋਰ ਕੁਛ ਸੁਣਾ ਹੋਵੇ ਬੜੇ ਇਕੱਠ ਹੋ ਜਾਂਦੇ ਹੈ ਅਤੇ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਜਿਹੜੇ ਸੰਸਾਰ ਨਾਲ ਜੁੜੇ ਹੈ ਉਹਨਾਂ ਨੇ ਸੰਸਾਰੀ ਹੀ ਗੱਲਾਂ ਕਰਨੀਆਂ ਨੇ ਜਿਹੜੇ ਨਿਰੰਕਾਰ ਨਾਲ ਜੁੜੇ ਹੈ ਅਤੇ ਉਹਨਾਂ ਨੇ ਨਿਰੰਕਾਰੀ ਗੱਲਾਂ ਕਰਨੀਆਂ ਨੇ ਇਸੇ ਕਰਕੇ ਪਾਤਸ਼ਾਹ ਨੇ ਭਗਤਾਂ ਅਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਪਾਤਸ਼ਾਹ ਜੀ ਕਹਿੰਦੇ ਨੇ ਬਈ ਭਾਈ ਸੰਸਾਰੀਆਂ ਅਤੇ ਰੱਬ ਦੇ ਪਿਆਰਿਆਂ ਦਾ ਜੋੜ ਦਾ ਭਾਵ ਕੀ ਹੈ ਵੀ ਆਪਸ ਵਿੱਚ ਸੁਭਾਅ ਨਹੀਂ ਮਿਲਦਾ ਹੁੰਦਾ ਅਤੇ ਹੁਣ ਜਿਹੜਾ ਟੁੱਟਿਆ ਹੋਇਆ ਉਹ ਤਾਂ ਕਹੂਗਾ ਵੀ ਰੱਬ ਹੈ ਹੀ ਨਹੀਂ ਕਿੱਥੇ ਹੈ ਵੀ ਸੰਗਤ ਕਰਨ ਦਾ ਕੀ ਫਾਇਦਾ ਇੰਨਾ ਚਿਰ ਕਹਿੰਦੇ ਸੰਗਤ ਵਿੱਚ ਬਹਿੰਦੇ ਸਾਨੂੰ ਇੰਨੇ ਕੰਮ ਹੋ ਜਾਂਦੇ ਆ ਆਹ ਕੁਝ ਕਰ ਦੀ ਦਾ ਉਹ ਕਰ ਦੀ ਜੇ ਕਿਤੇ ਪਰਮੇਸ਼ਰ ਵਾਹਿਗੁਰੂ ਐਸਾ ਸਮਾਂ ਵੀ ਬਣਾ ਦਿੰਦਾ ਹੈ ਵੀ ਐਸੇ ਸਰੀਰ ਖੜ੍ਹ ਜਾਂਦਾ ਫਿਰ ਪੁੱਛਿਆ ਜਾ ਵੀ ਹੁਣ ਕਰਕੇ ਵਿਖਾ ਭਾਈ ਤੋਂ ਇਹ ਪਰਮਾਤਮਾ ਹੀ ਭਾਈ ਤਾਕਤ ਦਿੰਦਾ ਵਾਹਿਗੁਰੂ ਤਾਕਤ ਦਿੰਦਾ ਹੈ ਅਤੇ ਅਸੀਂ ਕਹਿੰਦੇ ਹਾਂ ਵੀ ਅਸੀਂ ਆਹ ਕੁਝ ਕਰ ਦਿੰਦੇ ਹਾਂ ਇੰਨੇ ਸਮੇਂ 'ਚ ਆਹ ਕਰ ਦਿੰਦੇ ਹਾਂ ਪਾਤਸ਼ਾਹ ਨੇ ਆਖਣਾ ਕੀਤਾ ਪਿਆਰਿਆ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਹੀ ਇਹ ਹੈ ਬਈ ਕਿਰਤ ਬਿਰਤ ਕਰ ਭਾਈ ਆਪਣੀ ਜ਼ਿੰਦਗੀ ਵਿੱਚੋਂ ਦਸਵੰਧ ਕੱਢ ਦਸਵੰਧ ਸਵਾਸਾਂ ਦੀ ਵੀ ਕੱਢਣਾ ਹੈ ਕਿਰਤ ਦਾ ਵੀ ਕੱਢਣਾ ਹੈ ਭਾਵ ਕਿ 24 ਘੰਟੇ ਆ ਸਤਿਪੁਰਸ਼ ਕਹਿੰਦੇ 2.5 ਘੰਟੇ ਬਣਦੇ ਆ ਦਸਵੰਧ ਸਾਡਾ ਵੀ 2.5 ਘੰਟੇ ਜਿੱਥੇ ਦੁਨਿਆਵੀ ਕੰਮਾਂ ਦੇ ਵਿੱਚ ਤੂੰ ਇੰਨਾ ਸਮਾਂ ਲਾਉਣਾ 2.5 ਘੰਟੇ 24 ਘੰਟਿਆਂ 'ਚੋਂ ਰੱਬ ਦੇ ਸਿਮਰਨ ਵਿੱਚ ਵੀ ਕੱਢ ਲਿਆ ਕਰ ਗੁਰੂ ਕੀ ਸੰਗਤ ਲਈ ਕੱਢ ਲਿਆ ਕਰ ਚੰਗੇ ਕਰਮ ਕਮਾਉਣ ਲਈ ਕੱਢ ਲਿਆ ਕਰ ਅਤੇ ਪਰ ਅਸੀਂ ਕਹਿੰਦੇ ਹਾਂ ਭਾਈ ਇਹ ਤਾਂ ਕਹਿੰਦੇ ਸਮਾਂ ਅਸੀਂ ਇਹਨੂੰ ਐਵੇਂ ਸਮਝਦੇ ਹਾਂ ਪਰ ਸਤਿਪੁਰਸ਼ਾਂ ਦੇ ਬਚਨ ਨੇ ਜਿਹੜੇ ਕਹਿੰਦੇ ਭਾਈ ਜਿਹਨੂੰ ਤੂੰ ਸਮਝਦਾ ਵੀ ਇਹ ਤਾਂ ਅਜਾਈ ਜਾ ਰਿਹਾ ਸਮਾਂ ਇਹ ਲੇਖੇ ਵਿੱਚ ਪੈਂਦਾ ਤੇਰਾ
ਜਿਹਨੂੰ ਤੋਂ ਕਹਿਣਾ ਵੀ ਅੱਜ ਮੈਂ ਇੰਨਾ ਇੰਨਾ ਕੁਛ ਕਰ ਲਿਆ, ਪਾਤਸ਼ਾਹ ਕਹਿੰਦੇ ਉਹ ਖੈਰ ਨਾ ਲਿਖੇ ਪੈਂਦਾ ਹੋਵੇ। ਕਿਉਂਕਿ ਇਹ ਬਚਨ ਆਪਾਂ ਪੜ੍ਹਦੇ ਹਾਂ, ਉਮਰ ਉਹਾਂ ਵਿੱਚ ਲੇਖੇ ਦੇ ਜੋ ਯਾਦ ਸਾਈਂ ਦੀ ਵਿੱਚ ਗੁਜ਼ਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਰਹਿਣ ਤੇ ਸਾਂਝ ਗੁਜ਼ਰੇ, ਭਾਵ ਕਿ ਉੱਦਾਂ ਗੁਜ਼ਰ ਰਹੇ ਨੇ, ਦਿਨ ਰਾਤ ਤਾਂ ਗੁਜ਼ਰਦੇ ਹੀ ਜਾ ਰਹੇ ਨੇ, ਕੀ ਹਾਸਲ ਹੁੰਦਾ ਸਾਨੂੰ? ਪਾਤਸ਼ਾਹ ਕਹਿੰਦੇ ਜੋ ਯਾਦ ਵਿੱਚ ਹੈ ਮਾਲਕ ਦੀ ਯਾਦ ਵਿੱਚ, ਉਹ ਭਾਈ ਲੇਖੇ ਵਿੱਚ ਪੈਂਦੀ ਹੈ ਤੇਰੀ ਉਮਰ, ਉਹ ਅਸਲ ਗਿਣਤੀ ਵਿੱਚ ਪੈਂਦੀ ਹੈ। ਭਲਾ ਕਰਮ ਕਰਨ ਲਈ ਜਿਹੜਾ ਤੂੰ ਸਮਾਂ ਕੱਢਦਾ, ਅਗਲਾ ਕਹਿੰਦਾ ਵੀ ਫਲਾਣੇ ਨੇ ਆਹ ਚੰਗਾ ਕੰਮ ਕੀਤਾ ਸੀ, ਗਿਣਦੀ ਹੈ ਦੁਨੀਆ ਵੀ ਆਹ ਪਿਰਤ ਭਾਈ ਫਲਾਣੇ ਨੇ ਚੰਗੀ ਪਾਈ, ਅੱਜ ਤੱਕ ਦੁਨੀਆ ਲਾਹਾ ਲੈਂਦੀ ਹੈ। ਪਰ ਦੂਸਰਿਆਂ ਨੂੰ ਕੌਣ ਗਿਣਦਾ? ਜੇ ਕੋਈ ਗਿਣਦਾ ਵੀ ਅਗਲਾ ਕਹਿੰਦਾ ਫਲਾਣਾ ਕੰਮ ਬਈ ਉਹਨੇ ਕੀਤਾ ਸੀ, ਇੰਨਾਂ ਦੀ ਬਰਬਾਦੀ ਕਰ ਦਿੱਤੀ, ਆਹ ਕਰਤੇ ਭਾਵ ਲਾਹਣਤਾ ਨੇ। ਇਸੇ ਕਰਕੇ ਸਤਿਗੁਰੂ ਜੀ ਕਿਰਪਾ ਕਰਦੇ ਆ, ਸਾਨੂੰ ਸਮਝਾਉਂਦੇ ਆ ਬਈ ਜਿੱਥੇ ਕੂੜ ਹੈ ਭਾਈ ਉਹ ਤੋਂ ਪਰੇ ਹੋ ਜਾਈਏ, ਜਿੱਥੇ ਸੱਚ ਹੈ ਚੰਗਾ ਕੰਮ ਹੁੰਦਾ, ਅਸੀਂ ਦੌੜ ਕੇ ਚੰਗੇ ਕਰਮ ਵੱਲ ਨੂੰ ਜਾਣਾ ਕਰੀ। ਪਰ ਇਹ ਔਖੀ ਘਾਟੀ ਹੈ, ਉਚਾਈ ਵੱਲ ਨੂੰ ਕੋਈ ਬਿਰਲਾ ਹੀ ਚੜ੍ਹਦਾ ਹੁੰਦਾ, ਜ਼ੋਰ ਲੱਗਦਾ ਹੈ। ਨੀਵੇਂ ਪਾਸੇ ਨੂੰ ਮਾੜੇ ਪਾਸੇ ਨੂੰ ਰੋੜ ਹੀ ਹੁੰਦੀ ਹੈ, ਕਿੰਨਾ ਭੱਜੀ ਜਾਂਦੀ ਹੈ ਦੁਨੀਆ। ਇਸੇ ਕਰਕੇ ਆਓ ਰਹੋ ਵਿਚਾਰ ਵਿਸਤਾਰ ਵਿੱਚ ਨਾਲ ਜਾਈਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਕੂੜ ਸੋੜ ਸਾਚੇ ਕੋ ਧਾਵੋ ਜੋ ਇਸੋ ਸੋਈ ਪਲ ਪਾਵੋ। ਪਾ ਸਕਣ ਜੋ ਅਸਾਵਾਂ ਸਾਰੀਆਂ ਪੂਰਨ ਹੋ ਜਾਣਗੀਆਂ, ਭਾਵ ਕਿ ਜ਼ਿੰਦਗੀ ਦੇ ਉਹ ਫਲ, ਉਹ ਸੁੱਖ ਸਕੂਨ ਆਨੰਦ ਮਿਲ ਜਾਣਗੇ ਜਿਹਨੂੰ ਦੁਨੀਆ ਲੱਭਦੀ ਫਿਰਦੀ ਹੈ। ਪਰ ਜੇ ਸੱਚ ਨਾਲ ਜੁੜੇਗਾ ਤਾਂ ਪਿਆਰਿਆ ਸਾਹਿਬ ਕਹਿੰਦੇ ਆ, ਨਹੀਂ ਕੂੜ ਕਰਦੇ ਅਸੀਂ ਭਾਵ ਝੂਠ ਦੀ ਕਮਾਈ ਕਰਦੇ, ਬੜੇ ਖਪਾ ਖਾਈ ਹੁੰਦੇ ਹਾਂ, ਪਰ ਗੱਲ ਬਣਦੀ ਹੋਈ ਨਹੀਂ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਸੁੱਖ ਸਕੂਨ ਸਹਿਜ ਆਨੰਦ ਟਿਕਾਓ ਅੰਦਰ ਬਣਦਾ ਹੀ ਨਹੀਂ ਹੈ। ਪਰ ਬੜੇ ਐਸੇ ਰੱਬ ਦੇ ਪਿਆਰੇ ਜਿਹੜੇ ਸਹਿਜ ਵਿੱਚ ਰਹਿੰਦੇ ਆ, ਧਰਮ ਦੀ ਕਿਰਤ ਵਿਰਤ ਕਰਦੇ ਆ, ਸਹੀ ਮਹੀਨਿਆਂ 'ਚ ਜ਼ਿੰਦਗੀ ਚਲਾਉਂਦੇ ਆ, ਅਤੇ ਉਹਨਾਂ ਨੂੰ ਬਹੁਤਾ ਜ਼ੋਰ ਨਹੀਂ ਲਾਉਣਾ ਪੈਂਦਾ, ਆਨੰਦ ਵਿੱਚ ਰਹਿੰਦੇ ਆ। ਇਸੇ ਕਰਕੇ ਪਾਤਸ਼ਾਹ ਕਹਿੰਦੀ ਹੈ ਵੀ ਆ ਪਿਆਰਿਆ, ਜੋ ਮਨ ਦੀਆਂ ਅਸਾਬਾਂ ਨੇ, ਜੋ ਲੋੜੀਂਦੀਆਂ ਵਸਤਾਂ, ਉਹ ਮਾਲਕ ਵੱਲੋਂ ਪ੍ਰਾਪਤ ਹੁੰਦੀਆਂ ਨੇ ਜੇ ਸੱਚ ਨੂੰ ਅੱਗੇ ਲੈ ਕੇ ਚੱਲੀਏ। ਇਸੇ ਕਰਕੇ ਜੋ ਇਸੋ ਸੋਈ ਫਲ ਪਾਵੋ, 12ਵੀਂ ਪੌੜੀ ਦੇ ਆਖਰ ਬੰਦ ਵਿੱਚ ਸਾਹਿਬ ਕਹਿੰਦੇ ਆ, ਸਾਚ ਬੱਖਰ ਕੇ ਵਪਾਰੀ ਬਿਰਲੇ। ਕੀ ਕੀਤਾ ਜਾਵੇ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਭਾਈ ਸੱਚ ਵਸਤੂ ਦੇ ਵਪਾਰੀ ਬਿਰਲੇ ਬਿਰਲੇ ਹੈ, ਬਹੁਤੇ ਨਹੀਂ ਹਨ, ਹੈਨ ਬਿਰਲੇ ਨਾਹੀਂ ਘਣੇ, ਹਨ ਜ਼ਰੂਰ ਪਰ ਪਾਤਸ਼ਾਹ ਕਹਿੰਦੇ ਬਹੁਤੇ ਨਹੀਂ, ਬਿਰਲੇ ਆ ਥੋੜ੍ਹੇ ਹੈ। ਬਹੁਤੇ ਕਿਹੜੇ ਆ? ਫੈਲ ਫੱਕੜ ਸੰਸਾਰ, ਬਾਕੀ ਸਾਰਾ ਸੰਸਾਰ। ਗੁਰੂ ਮਹਾਰਾਜ ਕਹਿੰਦੇ ਆ ਵੀ ਫੋਕਟ ਕਰਮਾਂ ਵਿੱਚ ਪਿਆ ਹੋਇਆ ਭਾਈ, ਝੂਠੇ ਵਹਿਮਾਂ ਭਰਮਾਂ 'ਚ ਪਿਆ ਹੋਇਆ। ਬਸ ਜਿਹੜੇ ਸੱਚ ਦੇ ਵਪਾਰੀ ਹੈ ਥੋੜ੍ਹੀ ਹੈ। ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ ਸਾਚ ਬੱਖਰ ਕੇ ਵਪਾਰੀ ਬਿਰਲੇ, ਜਿਹੜੇ ਬਿਰਲੇ ਆ, ਲੈ ਲਾਹਾ ਸੌਦਾ ਕੀਨਾ ਹੈ। ਪਾਤਸ਼ਾਹ ਕਹਿੰਦੇ ਉਹ ਭਾਈ ਲਾਹਾ ਲੈ ਕੇ ਸੱਚ ਦਾ ਸੌਦਾ ਕਰਦੇ ਆ, ਜਿਹੜੇ ਬਿਰਲੇ ਆ, ਜਿਹਨਾਂ ਨੂੰ ਸਮਝ ਆ ਜਾਂਦੀ ਆ, ਜਿਹੜੇ ਗੁਰੂ ਨਾਨਕ ਦੇ ਉਪਦੇਸ਼ ਨੂੰ ਮੰਨਦੇ ਆ, ਜ਼ਿੰਦਗੀ ਵਿੱਚ ਲੈ ਕੇ ਆਉਂਦੇ। ਤਾਂ ਤੇ ਆਓ ਕਿਰਪਾ ਕਰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਅਸੀਂ ਵੀ ਕਿਤੇ ਉਹਨਾਂ ਬਿਰਲਿਆਂ ਵਿੱਚ ਆ ਜਾਈਏ। ਮਿਹਰ ਕਰਨ ਸਾਹਿਬ ਜੀ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ, ਸਤਿਗੁਰੂ ਜੀ ਕਿਰਪਾ ਕਰਿਓ, ਤੁਹਾਡਾ ਸਤਿਨਾਮ ਉਪਦੇਸ਼ ਬਾਣੀ ਵਿਚਾਰ ਸਾਡੇ ਹਿਰਦੇ ਘਰ ਵਿੱਚ ਵੱਸ ਜਾਵੇ, ਅਸੀਂ ਜ਼ਿੰਦਗੀ ਵਿੱਚ ਲਾਗੂ ਕਰੀਏ, ਕਦੇ ਭੁੱਲੀਏ ਨਾ। ਪਾਤਸ਼ਾਹ ਜੀ ਤੇਰੇ ਗੁਣ ਗਾਈਏ,
ਇਸ ਜੀਵਨ ਨੂੰ ਅਸੀਂ ਵੀ ਸਫਲ ਬਣਾਈਏ। ਮਿਹਰ ਕਰ ਦਿਓ ਸਭਨਾਂ 'ਤੇ। ਆਓ ਪਿਆਰ ਵਿੱਚ ਮੰਗ ਮੰਗੀਏ ਸਾਹਿਬਾਂ ਦੇ ਚਰਨਾਂ 'ਚੋਂ। ਸਤਿਗੁਰੂ ਜੀ ਬਿਸਰ ਨਾਹੀਂ ਦਾ ਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਹੁਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। 12 ਪੌੜੀਆਂ ਸਭ ਦੀਆਂ ਸੰਪੂਰਨ ਹੋ ਗਈਆਂ ਹਨ, 4 ਪੌੜੀਆਂ ਪਿੱਛੇ ਬਾਕੀ ਹਨ। ਸਤਿਗੁਰੂ ਮਿਹਰ ਕਰਨ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੁਝ ਕੁ ਸਮਾਂ ਗੁਰਮੰਤਰ ਦੁਆਰਾ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ, ਵਾਹਿਗੁਰੂ 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 ਵਾਹਿਗੁਰੂ। ਸਲੋਕ ਬਵਣ ਗੁਰੂ ਪਾਣੀ ਬਿਤਾ ਮਤ ਤਰਤ, ਦਿਵਸ ਰਾਤ ਦੋਏ ਦਾਈ ਦਾਇਆ ਖੇਲ ਸਗਲ, ਚੰਗਿਆਈਆਂ ਬਰਿਆਈਆਂ ਬਚ ਧਰਮ, ਕਰਮੀ ਆਪੋ ਆਪਣੀ ਕੇ ਨੇੜੇ ਕੇ, ਜਿਨੀ ਨਾਮ ਦਿਆਇਆ ਗਈ ਮਸਕਤ, ਨਾਨਕ ਤੇ ਮੁਖ ਓਜਲ ਕੇਤੀ ਸੁੱਟੀ, ਜਿਨੀ ਨਾਮ ਦਿਆਇਆ ਗਈ ਮਸਕਤ, ਨਾਨਕ ਤੇ ਮੁਖ ਓਜਲ ਕੇਤੀ ਸੁੱਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ